ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੀਪ ਚੌਧਰੀ ਅਤੇ ਤੁਸੀਂ ਬਣੇ ਹੋਏ ਹੋ ਨਿਊਜ਼ 89 ਪੰਜਾਬ ਦੇ ਦਾ ਸੰਦੀਪ ਚੌਧਰੀ ਸ਼ੋਅ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਈ ਸ਼ਖਸੀਅਤਾਂ ਨੂੰ ਬੁਲਾਉਂਦੇ ਹਾਂ ਅਤੇ ਤੁਹਾਡੇ ਰੂਬਰੂ ਕਰਾਉਂਦੇ ਹਾਂ, ਅਤੇ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੁਣਾਵਾਂ ਦਾ ਬਿਗਲ ਵੱਜ ਚੁੱਕਿਆ ਅਤੇ ਚਾਰੋਂ ਪਾਸੇ ਜਿਹੜੇ ਹੈ ਉਮੀਦਵਾਰ ਲਗਾਤਾਰ ਆਪਣੀ ਜਿੱਤ ਦਾ ਦਾਅਵਾ ਕਰਦੇ ਹੋਏ ਆਪਣਾ ਚੁਣਾਵ ਪ੍ਰਚਾਰ ਕਰ ਰਹੇ ਹੈ। ਉਸੀ ਨੂੰ ਲੈ ਕੇ ਕੁਛ ਆਜ਼ਾਦ ਉਮੀਦਵਾਰ ਵੀ ਮੈਦਾਨ ਦੇ ਵਿੱਚ ਉਤਰ ਰਹੇ ਹੈ ਆਪਣੇ ਮੁੱਦੇ ਲੈ ਕੇ। ਕੁਛ ਪਾਰਟੀਆਂ ਤੋਂ ਨਾਰਾਜ਼ ਹੋ ਕੇ ਲੋਕ ਇਨ ਚੁਣਾਵਾਂ ਦੇ ਵਿੱਚ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਹੈ। ਮੈਟਰ ਨਹੀਂ ਕਰਦਾ ਕਿ ਉਮੀਦਵਾਰ ਕੋਲ ਪੈਸੇ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਚੁਣਾਵ ਲੜਨ ਵਾਸਤੇ ਕਾਫੀ ਪੈਸੇ ਚਾਹੀਦੇ ਹੁੰਦੇ ਆ, ਅਤੇ MP ਚੁਣਾਵਾਂ ਦੇ ਵਿੱਚ ਕਿੰਨਾ ਖਰਚਾ ਹੁੰਦਾ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਸੋ ਅੱਜ ਸਾਡੇ ਨਾਲ ਮੌਜੂਦ ਹੈ ਨੀਰਜ ਕੁਮਾਰ ਉਫ ਨੰਨਾ। ਤੁਸੀਂ ਸੁਣਿਆ ਹੀ ਸੀਗਾ ਪਿਛਲੇ ਚੁਣਾਵਾਂ ਦੇ ਵਿੱਚ ਇੱਕ ਗੀਤ ਜਿਹੜਾ ਹੈ ਰਾਜਪੁਰੇ ਤੋਂ ਚੁਣਾਵਾਂ ਦੇ ਵਿੱਚ ਖੜ੍ਹੇ ਹੋਏ ਸੀ, ਜਗਦੀਸ਼ ਕੁਮਾਰ ਜੱਗਾ ਆ ਗਿਆ ਜੱਗਾ ਛਾ ਗਿਆ ਜੱਗਾ। ਹੁਣ ਲੱਗਦਾ ਕਿ ਕਿਤੇ ਨਾ ਕਿਤੇ ਉਹ ਗੀਤ ਲੋਕ ਭੁੱਲਦੇ ਜਾ ਰਹੇ ਹੈ ਅਤੇ ਇੱਕ ਨਵਾਂ ਗੀਤ ਜਿਹੜਾ ਹੈ ਲੋਕਾਂ ਦੀ ਜ਼ੁਬਾਨ 'ਤੇ ਚੜਿਆ ਹੋਇਆ, ਆ ਗਿਆ ਨੰਨਾ ਛਾ ਗਿਆ ਨੰਨਾ। ਸੋ ਪਿਛਲੇ ਕੁਛ ਸਮਾਂ ਪਹਿਲਾਂ ਅਸੀਂ ਵਾਰਡ ਨੰਬਰ 15 ਰਾਜਪੁਰੇ ਦੀ ਖਬਰ ਬਣਾਈ ਸੀ, ਜਿੱਥੇ ਕੁਛ ਵਿਕਾਸ ਦੇ ਕੰਮ ਰਹਿੰਦੇ ਸੀ, ਅਤੇ ਉਸ ਖਬਰ ਤੋਂ ਬਾਅਦ ਰਾਜਪੁਰੇ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਉਸ ਵਾਰਡ ਦੇ ਵਿੱਚ ਯੁੱਧ ਸਤਰ ਦੇ ਕੰਮ ਕਰਾਇਆ ਗਿਆ ਅਤੇ ਲਗਭਗ ਉਸ ਵਾਰਡ ਦੇ ਕੰਮ ਜਿਹੜੇ ਹੈ ਸਮਾਪਤ ਹੋ ਚੁੱਕੇ ਅਤੇ ਬਹੁਤ ਸੋਹਣਾ ਜਿਹੜਾ ਹੈ ਉਹ ਵਾਰਡ ਬਣ ਚੁੱਕਿਆ। ਸੋ ਉਸ ਸਮੇਂ ਜਿਹੜੇ ਵਿਅਕਤੀ ਵੱਲੋਂ ਨੌਜਵਾਨ ਵੱਲੋਂ ਇਹ ਆਵਾਜ਼ ਚੱਕੀ ਗਈ ਸੀ ਨੀਰਜ ਕੁਮਾਰ ਨੰਨਾ, ਉਹ ਅੱਜ ਸਾਡੇ ਸਟੂਡੀਓ ਦੇ ਵਿੱਚ ਦਾ ਸੰਦੀਪ ਚੌਧਰੀ ਸ਼ੋਅ ਦੇ ਵਿੱਚ ਸਾਡੇ ਨਾਲ ਮੌਜੂਦ ਹੈ। ਨੰਨਾ ਜੀ ਬੈਠੇ ਹੈ, ਦੇਖੋ ਤੁਸੀਂ। ਨੰਨਾ ਜੀ ਠੀਕ ਹੋ? ਹਾਂਜੀ ਵਧੀਆ ਜੀ। ਕਿਸ ਤਰ੍ਹਾਂ ਚੱਲ ਰਿਹਾ ਪ੍ਰੋਗਰਾਮ, ਕਹਿੰਦੇ ਚੁਣਾਵਾਂ 'ਚ ਖੜ੍ਹੇ ਹੋ ਰਹੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਨਿਊਜ਼ 89 ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਟੂਡੀਓ ਆਉਣ ਦਾ ਮੌਕਾ ਦਿੱਤਾ। ਅਤੇ ਸੰਦੀਪ ਜੀ, ਬਾਕੀ ਹੁਣ ਲੋਕ ਸਭਾ ਚੁਣਾਵ ਦਾ ਜਿਹੜਾ, ਜਿਵੇਂ ਕਿ ਤੁਹਾਨੂੰ ਪਤਾ, ਸਾਰਿਆਂ ਨੂੰ ਪਤਾ ਕਿ ਬਿਗੁਲ ਵੱਜ ਚੁੱਕਿਆ। ਆਵਾਜ਼ ਢਿੱਲੀ ਹੈ ਤੁਹਾਡੀ ਅੱਜ, ਕਿਆ ਚੱਕਰ ਹੈ? ਕੁਛ ਨਾਸ਼ਤਾ ਨੂਸ਼ਤਾ ਨਹੀਂ ਕੀਤਾ ਕੀ? ਕਿਆ ਹੈ, ਚਾਹ ਤਾਂ ਤੁਹਾਡੇ ਵਾਸਤੇ ਮੰਗਾਈ ਹੈ, ਪਿਲਾਵਾਂਗੇ ਤੁਹਾਨੂੰ। ਨਹੀਂ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਚਾਹ ਪੀ। ਆਵਾਜ਼ ਹੀ ਦਮ ਨਹੀਂ ਲੱਗ ਰਿਹਾ ਨੰਨਾ ਜੀ, ਅੱਗੇ ਤਾਂ ਫਿਰ ਹਜੇ ਕੰਪੇਨਿੰਗ ਚੱਲਣੀ ਹੈ। ਨਹੀਂ ਨਹੀਂ ਸੰਦੀਪ ਜੀ, ਇਹੋ ਜਿਹੀ ਕੋਈ ਗੱਲ ਨਹੀਂ, ਆਪਾਂ ਧਮਾਲਾ ਪਾਵਾਂਗੇ। ਕਿਸੇ ਉਮੀਦਵਾਰ ਨੇ ਡਰਾ ਤਾਂ ਨਹੀਂ ਦਿਆ ਨੰਨਾ ਜੀ? ਨਹੀਂ ਨਹੀਂ, ਨਾ ਆਪਾਂ ਡਰਨ ਵਾਲਿਆਂ ਚੋਂ ਹੈਗੇ ਹਾਂ ਅਤੇ ਨਾ ਆਪਾਂ ਕਦੀ ਡਰੇ ਸੀਗੇ। ਬਹੁਤ ਵਧੀਆ, ਚਲੋ ਲੋਕਾਂ ਦੇ ਮਨਾਂ 'ਚ ਆਇਆ ਸੀਗਾ ਸ਼ਾਇਦ ਨੰਨਾ ਦਬਿਆ ਗਿਆ, ਨੰਨਾ ਡਰ ਗਿਆ, ਇਹੋ ਜਿਹੀ ਕੋਈ ਗੱਲ ਨਹੀਂ ਸੀ, ਨਾ ਆਪਾਂ ਦਬੇ ਸੀ ਨਾ ਡਰੇ ਸੀਗੇ, ਆਪਾਂ ਜਿਵੇਂ ਕਾਇਮ ਸੀਗੇ ਉਵੇਂ ਕਾਇਮ ਹੈਗੇ ਹਾਂ। ਚਲੋ ਕਈ ਵਾਰ ਥੋੜ੍ਹਾ ਵੱਧ ਘੱਟ ਬੋਲਿਆ ਜਾਂਦਾ, ਨਹੀਂ ਪਤਾ ਲੱਗਦਾ, ਮੂੰਹ 'ਚੋਂ ਨਿਕਲ ਜਾਂਦਾ, ਕੁਝ ਗੁੱਸੇ ਸੀਗੇ, ਗਿੱਲੇ ਸ਼ਿਕਵੇ ਸੀਗੇ ਉਸ 'ਚ ਬੋਲਿਆ ਗਿਆ। ਤਾਂ ਹੁਣ ਮੈਂ ਜਿੱਦਾਂ ਤੁਹਾਨੂੰ ਦੱਸਣ ਲੱਗੇ ਸੀ, ਚੋਣਾਂ ਦਾ ਬਿਗੁਲ ਵੱਜ ਚੁੱਕਿਆ, ਤਾਂ ਮੇਰਾ ਮਨ ਵਿਚਾਰ ਆਇਆ ਸੀਗਾ ਕਿ ਮੈਂ ਵੀ ਇੱਕ ਵਾਰ ਲੋਕ ਸਭਾ ਦਾ ਚੁਣਾਵ ਲੜਾਂ। ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ ਪੰਚ ਤੋਂ ਲੈ ਕੇ ਸਰਪੰਚ, MC, MLA ਦਾ ਚੁਣਾਵ ਲੜਨ ਵਾਸਤੇ ਵੀ ਬੜੀਆਂ ਤਾਕਤਾਂ ਨਾਲ ਜਾਂ ਬੜੀਆਂ ਮੁਸੀਬਤਾਂ ਝੱਲਣੀਆਂ ਪੈਂਦੀਆਂ ਕਿ ਅਸੀਂ ਉਹ ਵੀ ਨਹੀਂ ਲੜ ਪਾਉਂਦੇ। ਪਰ ਮੈਂ ਇੱਕ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਦਾ ਕਿ ਮੈਨੂੰ ਸਿੱਧਾ ਡਾਇਰੈਕਟ MP ਦਾ ਚੁਣਾਵ ਲੜਨ ਦਾ ਮੌਕਾ ਮਿਲਿਆ। ਕਮਾਲ ਕਰਤੀ, ਮੈਂ ਤਾਂ ਪਹਿਲਾਂ ਇਹ ਸੋਚਿਆ ਸੀਗਾ ਸ਼ਾਇਦ ਤੁਹਾਨੂੰ ਭੁਲੇਖਾ ਪੈ ਰਿਹਾ ਕਿ MC ਦੇ ਚੁਣਾਵ ਹੈ, ਤੁਸੀਂ MP ਦੇ ਚੁਣਾਵ ਦੇ ਵਿੱਚ ਖੜੇ ਹੋਗੇ। ਨਹੀਂ ਨਹੀਂ ਨਹੀਂ, ਦੇਖੋ ਤੁਹਾਡਾ ਹੱਕ ਤਾਂ ਬਣਦਾ, ਜਿਹਦੀ ਵੋਟ ਬਣੀ ਹੋਈ ਹੈ ਉਹ ਚੁਣਾਵ ਤਾਂ ਜਿਹੜੇ ਮਰਜ਼ੀ 'ਚ ਖੜਾ ਹੋ ਸਕਦਾ।
ਬਸ ਸੰਦੀਪ ਜੀ, ਮੈਂ ਤੁਹਾਨੂੰ ਇੱਕ ਗੱਲ ਇਹੀ ਕਹਿਣਾ ਚਾਹੁੰਦਾ ਕਿ ਮੈਂ ਜਿਹੜਾ ਇਹ ਚੁਣਾਵ ਆਪਣੇ ਹੋਸ਼ ਆਵਾਜ਼ ਦੇ ਵਿੱਚ MP ਦਾ ਚੁਣਾਵ ਵੀ ਲੜਨ ਜਾ ਰਿਹਾ, ਜਿਸਦਾ ਮਤਲਬ ਮੈਂ ਸਮਝਦਾ ਕਿ ਮੈਂਬਰ ਆਫ ਪਾਰਲੀਮੈਂਟ ਦਾ ਚੁਣਾਵ ਹੈ। ਬਿਲਕੁਲ, ਤਾਂ ਮੈਨੂੰ ਲੋਕਾਂ ਦਾ ਵੀ ਬੜਾ ਸਮਰਥਨ ਮਿਲ ਰਿਹਾ, ਬਹੁਤ ਬੱਲੇ ਬੱਲੇ ਹੋ ਰਹੀ ਹੈ ਆਪਣੀ ਸ਼ਹਿਰ ਦੇ ਵਿੱਚ ਵੀ। ਮੇਰੇ ਜਿਹੜੇ ਆਪਣਾ ਮੈਂ ਆਪਣਾ ਨਾਭਾ, ਪਟਿਆਲਾ, ਸਨੌਰ, ਆਪਣਾ ਘਨੌਰ, ਇੱਧਰ ਬਨੂੜ, ਕਈ ਜਗ੍ਹਾ 'ਤੇ ਆਪਾਂ ਜਾ ਆਏ ਹਾਂ, ਉੱਥੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਆਪਾਂ ਨੂੰ। ਠੀਕ ਹੈ, ਅਸੀਂ ਸਾਡਾ ਇੱਕ ਮੈਂ ਇੱਕ ਗਰੀਬ ਪਰਿਵਾਰ ਤੋਂ ਹਾਂ, ਅਤੇ ਆਪਾਂ ਕੋਈ ਖਰਚਾ ਨਹੀਂ ਕਰ ਸਕਦੇ, ਨਾ ਆਪਣੇ ਕੋਲ ਖਰਚਾ ਹੈਗਾ ਅਤੇ ਨਾ ਆਪਾਂ ਖਰਚਾ ਕਰ ਸਕਦੇ। ਆਪਾਂ ਲੋਕਾਂ ਕੋਲ ਜਾ ਰਹੇ ਹਾਂ, ਉਹਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਨਾ ਆਪਣੇ ਕੋਲ ਕੁਝ ਖਾਣ ਨੂੰ ਹੈ, ਨਾ ਪਿਲਾਉਣ ਨੂੰ ਹੈ, ਆਪਾਂ ਨੂੰ ਸਿਰਫ ਤੁਹਾਡੀ ਸਪੋਰਟ ਚਾਹੀਦੀ ਹੈ। ਜੇ ਅੱਜ ਤੁਸੀਂ ਮੇਰੀ ਸਪੋਰਟ ਕਰੋਗੇ, ਕਹਿਣ ਦਾ ਮਤਲਬ ਕਿ ਜੇ ਅੱਜ ਤੁਸੀਂ ਕੁਝ ਬੀਜ ਬੀਜੋਗੇ ਤਾਂ ਉਹਦਾ ਫਲ ਮੈਂ ਤੁਹਾਨੂੰ ਆਉਣ ਵਾਲੇ ਟਾਈਮ 'ਚ ਦਾਂਗਾ, ਜੇ ਮੈਨੂੰ ਜਨਤਾ ਨੇ ਇੱਥੋਂ ਫਤਵਾ ਦੇ ਕੇ ਲੋਕ ਸਭਾ 'ਚ। ਨੰਨਾ ਜੀ, ਲੋਕ ਇਹ ਵੀ ਜਾਣਨਾ ਚਾਹਣਗੇ, ਵੈਸੇ ਤਾਂ ਤੁਸੀਂ ਸੋਸ਼ਲ ਮੀਡੀਆ 'ਤੇ ਪੂਰੇ ਐਕਟਿਵ ਹੋ ਚੁੱਕੇ ਹੋ, ਵੱਡੇ ਵੱਡੇ ਚੈਨਲ ਤੁਹਾਡੀ ਜਿਹੜੀ ਹੈ ਇੰਟਰਵਿਊਜ਼ ਵੀ ਲਾ ਰਹੇ ਹੈ, ਅਤੇ ਸੁਣਿਆ ਕਿ ਤੁਸੀਂ ਟਾਈਮ ਟੂਮ ਵੀ ਤੁਹਾਡੇ ਕੋਲ ਘੱਟ ਹੀ ਹੁੰਦਾ ਅੱਜ ਕੱਲ੍ਹ ਦੇਣਾ, ਅਤੇ ਕੰਮ ਕਾਰ ਕੀ ਕਰਦੇ ਹੋ ਇਹ ਵੀ ਜਾਣਨਾ ਚਾਹੁੰਦੇ ਹਾਂ, ਤਾਂ ਹੀ ਲੋਕਾਂ ਨੂੰ ਪਤਾ ਲੱਗੇਗਾ। ਸੰਦੀਪ ਜੀ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੈਂ ਇੱਕ ਛੋਟੇ ਜਿਹੇ ਪਰਿਵਾਰ ਤੋਂ ਹਾਂ, ਇੱਕ 50 ਗਜ਼ ਦਾ ਮੇਰਾ ਘਰ ਹੈ, ਮਕਾਨ ਹੈ, ਜਿਸ 'ਚ 2 ਕਮਰੇ ਬਣੇ ਹੋਏ ਨੇ ਸਿਰਫ, ਕੋਈ ਇੰਨਾ ਵਧੀਆ ਵੀ ਨਹੀਂ ਬਣਿਆ ਹੋਇਆਗਾ। ਅਤੇ ਮੈਂ ਇੱਕ ਸਕੂਲ ਦੇ ਵਿੱਚ ਕੰਟੀਨ ਦਾ ਕੰਮ ਕਰਦਾ, ਜਿੱਥੇ ਚਾਹ ਪਾਣੀ ਦੀ ਕੰਟੀਨ ਹੈ, ਉੱਥੇ ਮੈਂ ਸਵੇਰੇ 8 ਵਜੇ ਜਾਂਦਾ ਅਤੇ 2 ਵਜੇ ਤੱਕ ਮੈਂ ਉਸ ਸਕੂਲ 'ਚ ਰਹਿੰਦਾ, ਅਤੇ ਉਹ ਮੈਨੂੰ ਕਹਿਣ ਦਾ ਮਤਲਬ ਵੀ ਮੈਨੂੰ ਸਾਰੇ ਦਿਨ 'ਚ 250 ਰੁਪਈਆ ਬਣਦਾ, 250 ਮੈਨੂੰ ਉਹ ਬਣਦਾ। ਅਤੇ ਕਈ ਵਾਰ ਦੁਪਹਿਰ 2 ਵਜੇ ਤੋਂ ਬਾਅਦ ਮੈਂ ਦੇਖ ਲੈਂਦਾ ਕਿ ਕਿਤੇ ਮੈਨੂੰ ਕੋਈ ਦਿਹਾੜੀ ਰੱਪਾ ਜਾਂ ਕੋਈ ਕੰਮ ਮਿਲ ਜਾਵੇ, ਜੇ ਮੈਨੂੰ ਉਹ ਮਿਲ ਜਾਂਦਾ ਤਾਂ 100-150-150 ਜੋ ਹੋਰ ਮੈਨੂੰ ਬਣ ਗਿਆ ਪਾਰਟ ਟਾਈਮ ਦਾ ਐਕਸਟਰਾ, ਤਾਂ ਕਹਿਣ ਦਾ ਮਤਲਬ ਜੇ ਉਹ ਜਿਹੜਾ ਮੇਰਾ ਬਣਦਾ ਉਹਦੇ ਨਾਲ ਮੇਰਾ ਘਰ ਦਾ ਗੁਜ਼ਾਰਾ ਇੱਦਾਂ ਚੱਲਦਾ ਹੈ ਕਿ ਮੈਨੂੰ ਰੋਜ਼ ਦਾ, ਮੇਰੇ ਘਰ ਦਾ ਸਿਸਟਮ ਇੱਦਾਂ ਬਣਿਆ ਹੋਇਆ ਕਿ ਮੈਨੂੰ ਅੱਜ ਹੀ ਤਾਜ਼ੀ ਚੀਨੀ ਲਿਆਉਣੀ ਹੈ, ਅੱਜ ਹੀ ਤਾਜ਼ਾ ਕਿਲੋ ਆਟਾ ਲੈ ਕੇ ਆਉਣਾ, ਤਾਂ ਕਹਿੰਦਾ ਮਤਲਬ ਜੋ ਮੈਂ ਕਮਾਉਂਦਾ ਉਹ ਮੇਰਾ ਸ਼ਾਮ ਨੂੰ ਸਾਰਾ ਸਾਰਾ ਕਵਰ ਹੋ ਜਾਂਦਾ। ਕਦੀ ਮੈਂ ਦੁੱਧ ਲਿਆਇਆ, ਕਦੀ ਚੀਨੀ ਲਿਆਇਆ, ਕਦੀ ਪੱਤੀ ਲਿਆਇਆ, ਕਦੀ ਘੀ ਲਿਆਇਆ, ਯਾਨੀ ਮੇਰਾ ਕੋਈ ਮੈਨੂੰ ਪ੍ਰੋਫਿਟ ਨਹੀਂ ਹੈ, ਕੋਈ ਮੈਨੂੰ ਬੱਚਤ ਨਹੀਂ ਹੈ ਕਿ ਮੈਂ ਐਕਸਟਰਾ ਮਨੀ ਇੱਕ ਆਪਣੀ ਅਲੱਗ ਇਕੱਠੀ ਕਰ ਰਿਹਾ, ਇਹੋ ਜਿਹਾ ਕੋਈ ਨਹੀਂ ਹੈ ਮੇਰੇ ਕੋਲ। ਚਲੋ, ਜਜ਼ਬਾ ਬਹੁਤ ਵਧੀਆ ਤੁਹਾਡਾ, ਬੜੀ ਖੁਸ਼ੀ ਹੋ ਰਹੀ ਹੈ ਕਿ ਘੱਟ ਤੋਂ ਘੱਟ ਕਿਸੇ ਨੇ ਹਿੰਮਤ ਤਾਂ ਕੀਤੀ। ਅਤੇ ਘਰ ਦੇ ਵਿੱਚ ਕੌਣ ਕੌਣ ਹੈ ਨੰਨਾ ਜੀ? ਘਰ ਦੇ ਵਿੱਚ ਸੰਦੀਪ ਜੀ, ਮੈਂ ਹਾਂ, ਮੇਰੇ ਵਾਈਫ ਹੈ, ਮੇਰੀ 2 ਗੁੜੀਆਂ, ਇੱਕ 7 ਸਾਲ ਦੀ ਹੈ, ਇੱਕ 1.5 ਸਾਲ ਦੀ ਹੈ, ਅਤੇ ਮੇਰੇ ਮਦਰ ਹੈ। ਅਤੇ ਜੇ ਆਪਾਂ ਗੱਲ ਕਰੀਏ ਤਾਂ ਹੁਣ ਆਉਣ ਵਾਲੇ ਚੁਣਾਵਾਂ ਦੇ ਵਿੱਚ ਫਿਰ ਪ੍ਰਚਾਰ ਕਿਸ ਤਰ੍ਹਾਂ ਚੱਲੇਗਾ? ਪੈਸਾ ਤਾਂ ਚਾਹੀਦਾ ਬਹੁਤ ਨਾ, ਜ਼ਰੂਰੀ ਹੈ। ਸੰਦੀਪ ਜੀ ਦੇਖੋ, ਮੈਂ ਜਨਤਾ ਨੂੰ ਹੀ ਅਪੀਲ ਕੀਤੀ ਹੈ, ਮੈਂ ਆਪਣੇ ਵੋਟਰਾਂ ਨੂੰ ਅਪੀਲ ਕੀਤੀ ਹੈ, ਮੈਂ ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਹੈ ਜਿਹੜੇ ਗਰੀਬ ਨੇ, ਕਿਉਂਕਿ ਮੈਂ ਗਰੀਬ ਹਾਂ, ਤਾਂ ਮੈਂ ਗਰੀਬਾਂ ਤੋਂ ਹੀ, ਮੇਰਾ ਮਕਸਦ, ਮੇਰਾ ਵੋਟ ਮੰਗਣ ਦਾ ਮਕਸਦ ਇਹੀ ਹੈ ਕਿ ਮੈਂ ਗਰੀਬਾਂ ਦੀ ਵੋਟ ਲਵਾਂ, ਕਿ ਮੈਂ ਗਰੀਬਾਂ ਦੀ ਵੋਟ ਨਾਲ ਹੀ ਇੱਥੋਂ ਫਤਵਾ ਲੈ ਕੇ ਮੈਂ ਲੋਕ ਸਭਾ ਦੇ ਵਿੱਚ ਪਹੁੰਚਾਂ, ਅਤੇ ਮੈਂ ਜੇ ਮੈਂ ਕੱਲ੍ਹ ਨੂੰ ਜੇ ਮੈਨੂੰ ਮੇਰੀ ਜਨਤਾ, ਮੇਰੇ ਗਰੀਬ ਲੋਕ ਮੈਨੂੰ ਮੇਰਾ ਸਾਥ ਦਿੰਦੇ ਹੈ, ਅਤੇ ਜੇ ਮੈਂ ਲੋਕ ਸਭਾ ਦੇ ਵਿੱਚ ਪਹੁੰਚਦਾ, ਲੋਕ ਸਭਾ ਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਕੰਮ ਹੀ ਗਰੀਬਾਂ ਦੇ ਹੀ ਕਰਨੇ ਹੈ। ਹੁਣ ਜਿਵੇਂ ਤੁਸੀਂ ਲਾ ਲਓ, ਰੇਹੜੀ ਫੜੀ ਵਾਲੇ ਹੋ ਗਏ, ਮੋਚੀ ਹੋ ਗਏ, ਲੇਬਰ ਵਾਲੇ ਹੋ ਗਏ, ਆਪਣਾ ਨਰੇਗਾ ਵਾਲੇ ਹੋ ਗਏ,
ਯਾਨੀ ਮਿਡ ਡੇ ਮੀਲ ਹੋ ਗਿਆ, ਆਸ਼ਾ ਵਰਕਰ ਹੋ ਗਿਆ, ਆਂਗਨਵਾੜੀ, ਹੁਣ ਤੁਸੀਂ ਇੱਕ ਮਿਡ ਡੇ ਮੀਲ ਲਗਾ ਲਓ, ਉਹਨਾਂ ਨੂੰ ਮਾਤਰ 3000 ਰੁਪਇਆ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ, ਜਿਹੜੇ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਅੱਗ ਨਾਲ ਖੇਡਦੇ ਨੇ ਚੁੱਲ੍ਹਿਆਂ 'ਤੇ। ਉਹਨਾਂ ਨੂੰ ਸਰਕਾਰਾਂ ਵੱਲੋਂ ਕੋਈ ਸਹੂਲਤਾਂ ਨਹੀਂ ਦਿੱਤੀਆਂ ਗਈਆਂ, ਨਾ ਉਹਨਾਂ ਦਾ ਕਦੀ ਬੀਮਾ ਕੀਤਾ ਗਿਆ। ਪਿੱਛੇ ਜੇ ਇੱਕ ਖਬਰ ਆਈ ਸੀ ਆਪਣੇ ਮਾਛੀਵਾੜਾ ਦੀ ਪੰਜਾਬ 'ਚ, ਉੱਥੇ ਇੱਕ ਮਿਡ ਡੇ ਮੀਲ ਲੇਡੀਜ਼ ਵਰਕਰ ਅੱਗ ਦੀ ਚਪੇਟ 'ਚ ਆ ਗਈ ਸੀਗੀ, ਪਰ ਉਸਦੀ ਕਿਸੇ ਵੀ ਸਰਕਾਰ ਨੇ ਕੋਈ ਸੂਦ ਨਹੀਂ ਲਿੱਤੀ ਗੀ। ਸਰਕਾਰਾਂ ਨੇ ਅੱਗੋਂ ਉਹਨਾਂ ਦਾ ਐਕਸ਼ਨ ਤਾਂ ਕੀ ਲੈਣਾ ਸੀ, ਉਹਨਾਂ ਬਾਰੇ ਸੂਦ ਤਾਂ ਕੀ ਲੈਣੀ ਸੀ, ਉਹਨਾਂ ਨੇ ਆਪਣੇ ਸ਼ਿਕਸ਼ਾ ਵਿਭਾਗ ਡਿਪਾਰਟਮੈਂਟ ਨੂੰ ਨੋਟਿਸ ਕੱਢਤਾ ਕਿ ਹੁਣ ਤੁਸੀਂ ਮਿਡ ਡੇ ਮੀਲ ਵਰਕਰਾਂ ਦੇ ਬੀਮੇ ਕਰ ਦਿਓ। ਕਿ ਕਹਿਣ ਦਾ ਮਤਲਬ ਇਹ ਹੈ ਸੰਦੀਪ ਜੀ ਕਿ ਮਿਡ ਡੇ ਮੀਲ ਵਰਕਰ ਜਿਹੜੇ ਆਪਣੀ ਜਾਨ ਦੇ ਨਾਲ ਖੇਡ ਕੇ ਬੱਚਿਆਂ ਨੂੰ ਆਪਣਾ ਖਾਣਾ ਬਣਾ ਕੇ ਦਿੰਦੇ ਹੈ ਸਵੇਰ ਤੋਂ ਸ਼ਾਮ ਤੱਕ, ਕਿਆ ਉਹਨਾਂ ਦੇ ਸਿਰਫ ਬੀਮੇ ਤੱਕ ਹੀ ਉਹ ਸੀਮਿਤ ਹੈ ਕਿ ਉਹਨਾਂ ਨੂੰ ਕੁਝ ਹੋਵੇ ਤੇ ਸਰਕਾਰ ਤਾਂ ਉਹਨਾਂ ਨੂੰ ਕੋਈ ਬੀਮਾ ਦੇਵੇ, ਐਵੇਂ ਉਹਨਾਂ ਨੂੰ ਕੋਈ ਸਹੂਲਤਾਂ ਨਹੀਂ ਮਿਲ ਸਕਦੀਆਂ। ਸੋ ਇਸੇ ਕਰਕੇ ਮੈਂ ਚਾਹੁੰਦਾ ਕਿ ਮੈਂ ਅਗਰ ਮੈਨੂੰ ਜਨਤਾ ਇੱਥੋਂ ਫਤਵਾ ਦੇ ਕੇ ਲੋਕ ਸਭਾ 'ਚ ਭੇਜਦੀ ਹੈ ਤਾਂ ਮੈਂ ਜਿਹੜੇ ਇਹ ਗਰੀਬ ਤਬਕੇ ਦੇ ਜਿੰਨੇ ਵੀ ਲੋਕ ਹੈ, ਕਿਉਂਕਿ ਮੈਂ ਵੀ ਗਰੀਬ ਹਾਂ, ਮੈਂ ਗਰੀਬੀ ਵਿੱਚ ਰਿਹਾ, ਮੈਂ ਇਹਨਾਂ ਦਾ ਸਾਰਾ ਸਮਝ ਸਕਦਾ ਕਿ ਕਿੱਦਾਂ ਇਹਨਾਂ ਨੂੰ ਚਲਾਉਣਾ, ਕਿੱਦਾਂ ਇਹਨਾਂ ਦਾ ਕਰਨਾ। ਨੰਨਾ ਜੀ, ਵੋਟ ਤਾਂ ਅਮੀਰਾਂ ਦੀ ਵੀ ਚਾਹੀਦੀ ਹੁੰਦੀ ਹੈ। ਦੇਖੋ ਇਹ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਅਮੀਰ ਲੋਕ ਤੁਹਾਨੂੰ ਵੋਟ ਨਹੀਂ ਦੇਣਗੇ ਤੁਹਾਡੀ ਗੱਲ ਸੁਣ ਕੇ? ਨਹੀਂ, ਮੈਂ ਕਿਉਂਕਿ ਲੋਕ ਬਹੁਤ ਦੁਖੀ ਆ ਅੱਜ ਦੇ ਡੇਟ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਕਿ ਕੀ ਹਾਲ ਚੱਲ ਰਿਹਾ। ਸੰਦੀਪ ਜੀ, ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਮੈਨੂੰ ਅਮੀਰ ਵੋਟ ਨਾ ਦੇਣ ਤੇ ਗਰੀਬ ਦੇਣ, ਮੈਨੂੰ ਵੋਟ ਮੈਨੂੰ ਸਾਰਿਆਂ ਦੀ ਚਾਹੀਦੀ ਹੈ, ਲੇਕਿਨ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਗਰੀਬ ਹੈ, ਚਾਹੇ ਰੇੜੀ ਫੜੀ ਵਾਲੇ ਆ, ਚਾਹੇ ਮਿਸਤਰੀ ਆ, ਮਜ਼ਦੂਰ ਹੈ, ਜਾਂ ਨਰੇਗਾ ਮਿਡ ਡੇ ਮੀਲ ਆਸ਼ਾ ਵਰਕਰ, ਵੀ ਮੈਨੂੰ ਇਹਨਾਂ ਸਾਰਿਆਂ ਦੀ ਫੁੱਲ ਸਪੋਰਟ ਚਾਹੀਦੀ ਹੈ। ਵੀ ਜੇ ਇਹ ਮੈਨੂੰ ਫੁੱਲ ਸਪੋਰਟ ਦੇਣਗੇ ਤਾਂ ਮੈਂ ਇਹਨਾਂ ਦੇ ਆਸ਼ੀਰਵਾਦ ਨਾਲ ਜੇ ਮੈਂ ਲੋਕ ਸਭਾ 'ਚ ਪਹੁੰਚਾਂਗਾ ਤਾਂ ਮੈਂ ਇਹਨਾਂ ਸਭ ਤੋਂ ਪਹਿਲਾਂ ਜਿਹੜੇ ਮੇਰੇ ਮੁੱਦੇ ਹੋਣਗੇ ਮੈਂ ਇਹਨਾਂ ਦੇ ਕੰਮ ਕਰਕੇ ਦਿਖਾਵਾਂਗਾ। ਸੰਦੀਪ ਜੀ, ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ, ਹੁਣ ਹਰ ਸਰਕਾਰ ਜਦੋਂ ਕੋਈ ਨਵੀਂ ਸਰਕਾਰ ਬਣਦੀ ਹੈ ਜਾਂ ਬਣਨ ਤੋਂ ਪਹਿਲਾਂ ਆਪਣੇ ਮੈਨੀਫੈਸਟੋ ਜਾਰੀ ਕਰ ਦਿੰਦੀ ਹੈ, ਅਸੀਂ ਨੌਕਰੀਆਂ ਦਾਂਗੇ, ਹਰ ਘਰ 'ਚ ਨੌਕਰੀਆਂ ਦਾਂਗੇ, ਹਰ ਨੌਜਵਾਨ ਨੂੰ ਨੌਕਰੀ ਦਾਂਗੇ। ਅੱਛਾ ਜੀ, ਹੁਣ ਜਿਵੇਂ ਸਰਕਾਰਾਂ ਅੱਜ ਕੱਲ੍ਹ ਇਹ ਕਹਿ ਰਹੀਆਂ ਨੇ ਕਿ ਮੈਰਿਟ ਦੇ ਆਧਾਰ 'ਤੇ ਤਾਂ ਨੌਕਰੀ ਦੇਵਾਂਗੇ, ਕੋਈ ਸਿਫਾਰਿਸ਼ ਨਹੀਂ ਚੱਲੇਗੀ। ਅੱਛੀ ਗੱਲ ਹੈ, ਸਿਫਾਰਿਸ਼ ਨਹੀਂ ਚੱਲੇਗੀ ਮੈਰਿਟ ਦਾ। ਸੰਦੀਪ ਜੀ, ਇੱਕ ਇਹੋ ਜਿਹਾ ਤਬਕਾ ਵੀ ਹੈਗਾ ਨੌਜਵਾਨਾਂ 'ਚ, ਚਾਹੇ ਉਹ ਲੜਕੀਆਂ ਚਾਹੇ ਲੜਕੇ ਹੈ, ਜਿਹੜੇ ਆਪਣੇ ਮਜਬੂਰੀ ਵਸ ਆਪਣੀ ਘਰੇਲੂ ਮਜਬੂਰੀਆਂ ਦੇ ਕਾਰਨ ਪੜ੍ਹ ਨਹੀਂ ਸਕਦੇ ਗੇ, ਉਹ ਸਿਰਫ ਪੜ੍ਹ ਨਹੀਂ ਸਕਦੇ ਗੇ, ਉਹ ਘਰ ਦੀਆਂ ਮਜਬੂਰੀਆਂ ਕਰਕੇ ਸ਼ੁਰੂ ਤੋਂ ਕੰਮਾਂ 'ਚ ਦਿਹਾੜੀ ਲੱਪਿਆਂ 'ਚ ਪੈ ਜਾਂਦੇ ਨੇ ਅਤੇ ਉਹ ਸਾਰੀ ਉਮਰ ਆਪਣੀ ਨੌਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਲੇਬਰਾਂ ਤੱਕ ਹੀ ਰਹਿ ਜਾਂਦੇ ਨੇ। ਉਹ ਸਵੇਰੇ ਘਰੋਂ ਤਿਆਰ ਹੋ ਕੇ ਜਾਂਦੇ ਨੇ, ਕਈ ਵਾਰ ਇੱਦਾਂ ਹੁੰਦਾ ਕਿ ਕੰਮ 'ਤੇ ਜਾਂਦੇ ਨੇ, ਉਹਨਾਂ ਨੂੰ ਦਿਹਾੜੀ ਵੀ ਨਹੀਂ ਮਿਲਦੀ, ਘਰ ਦੇ ਉਹਨਾਂ ਨੂੰ ਫਰਮਾਨ ਦੇ ਦਿੰਦੇ ਸਵੇਰੇ ਜੀ ਆ ਸ਼ਾਮ ਨੂੰ ਆਉਂਗੇ ਜੀ, ਚੀਨੀ ਲਿਆਉਣਾ ਜੀ, ਦੁੱਧ ਲਿਆਉਣਾ ਜੀ, ਆਟਾ ਲਿਆਉਣਾ। ਉਹ ਉਸ ਬੰਦੇ ਨੂੰ ਪਤਾ ਹੁੰਦਾ ਜਦੋਂ ਉਹਨੂੰ ਦਿਹਾੜੀ ਨਹੀਂ ਮਿਲਦੀ ਤਾਂ ਉਹ ਕਿੰਨਾ ਕਲਪਦਾ, ਅਤੇ ਉਹ ਕਹਿੰਦਾ ਕਿ ਮੈਂ ਅੱਜ ਘਰ ਕਿਸ ਮੂੰਹ ਨਾਲ ਜਾਵਾਂ, ਮੇਰੇ ਬੱਚੇ ਭੁੱਖੇ ਹੋਣਗੇ। ਤਾਂ ਮੇਰਾ ਇੱਕ ਮੁੱਦਾ ਇਹ ਹੋਊਗਾ ਕਿ ਜਿਹੜੀ ਮਜ਼ਦੂਰਾਂ ਦੀ ਦਿਹਾੜੀ ਹੈ, ਮੈਂ ਜ਼ਿਆਦਾ ਲੰਬੇ ਚੌੜੇ ਐਡੇ ਵੱਡੇ ਵੱਡੇ ਵਾਅਦੇ ਤਾਂ ਨਹੀਂ ਕਰ ਸਕਦਾ ਗਾ, ਮੈਂ ਇੰਨਾ ਜ਼ਰੂਰ ਕਹਿੰਦਾ ਜੇ ਮੈਨੂੰ ਇਹਨਾਂ ਨੇ ਫਤਵਾ ਦਿੱਤਾ ਲੋਕਾਂ ਨੇ ਤਾਂ ਮੈਂ ਇਹਨਾਂ ਵਾਸਤੇ ਇਹ ਕਰੂੰਗਾ ਕਿ ਜੇ ਇਹਨਾਂ ਨੂੰ ਅੱਜ ਮਾਰਕੀਟ ਦੇ ਰੇਟ ਹਿਸਾਬ ਨਾਲ ਜੇ 400 ਰੁਪਏ ਜਾਂ 500 ਰੁਪਏ ਇੱਕ ਮਜ਼ਦੂਰ ਦੀ ਦਿਹਾੜੀ ਹੈ ਨਾ, ਤਾਂ ਇਹਨਾਂ ਨੂੰ ਸਰਕਾਰ ਵੱਲੋਂ ਵੀ 500 ਰੁਪਇਆ ਐਕਸਟਰਾ ਦਿਹਾੜੀ ਇਹਨਾਂ ਦੇ ਖਾਤਿਆਂ 'ਚ ਪਾਈ ਜਾਵੇ ਡੇਲੀ ਦੇ ਹਿਸਾਬ ਨਾਲ, ਚਾਹੇ ਉਹਨਾਂ ਨੂੰ ਦਿਹਾੜੀ ਮਿਲੇ ਚਾਹੇ ਨਾ ਮਿਲੇ, ਇਹ ਸਰਕਾਰ ਵੱਲੋਂ ਹੈ। ਅਗਰ ਸਰਕਾਰ, ਮੈਂ ਆਵਾਜ਼ ਜ਼ਰੂਰ ਚੱਕਾਂਗਾ, ਜੇ ਕਿਤੇ ਮੇਰੀ ਆਵਾਜ਼ ਦੀ ਸੁਣਵਾਈ ਹੋਗੀ ਤਾਂ ਬਹੁਤ ਵਧੀਆ ਹੋਏਗਾ, ਜੇ ਨਾ ਹੋਈ ਤਾਂ ਜੇ ਅਗਰ ਸਰਕਾਰ ਮੈਨੂੰ
ਆਪਣਾ ਜਨਤਾ ਮੈਨੂੰ ਫਤਵਾ ਦਿੰਦੀ ਹੈ ਤਾਂ ਇੰਨਾ ਤੁਹਾਨੂੰ ਵੀ ਪਤਾ ਕਿ ਇੱਕ ਐਮ ਪੀ ਕੋਟੇ ਦਾ ਫੰਡ ਹੁੰਦਾ ਤਾਂ ਮੈਂ ਆਪਣੀ ਜਨਤਾ ਨੂੰ ਇਹ ਵਿਸ਼ਵਾਸ ਦਵਾਉਣਾ ਚਾਹੁੰਦਾ ਅੱਜ ਤੁਹਾਡੇ ਨਿਊਜ਼ ਚੈਨਲ 'ਤੇ ਜਿਹੜਾ ਉਹ ਐਮ ਪੀ ਕੋਟੇ ਦਾ ਜਿਹੜਾ ਫੰਡ ਹੋਊਗਾ ਉਹਦਾ ਇੱਕ ਰੁਪਏ ਦਾ ਹਿਸਾਬ ਮੈਂ ਇਹਨਾਂ ਨੂੰ ਦਾਂਗਾ ਉਹਦੇ ਵਿੱਚੋਂ ਮੈਂ ਕੋਈ ਆਪਣੇ ਪਰਸਨਲੀ ਖਰਚ ਨਹੀਂ ਕਰਾਂਗਾ ਸਾਰਾ ਜਨਤਾ ਦੇ ਫੰਡ 'ਚ ਜਾਊਗਾ ਔਰ ਇੱਕ ਐਮ ਪੀ ਦੀ ਤਨਖਾਹ ਵੀ ਬਹੁਤ ਮੋਟੀ ਹੁੰਦੀ ਹੈ ਤੁਸੀਂ ਜਾਣਦੇ ਹੋ ਪਤਾ ਤੁਹਾਨੂੰ ਕਿੰਨੀ ਹੁੰਦੀ ਹੈ ਮੇਰੇ ਖਿਆਲ 2 ਲੱਖ ਦੇ ਕਰੀਬ ਹੁੰਦੀ ਹੈ ਚਲੋ ਮੈਨੂੰ ਫਾਈਨਲ ਨਹੀਂ ਪਤਾ ਲਗਭਗ 2 ਲੱਖ ਦੇ ਕਰੀਬ ਹੁੰਦੀ ਹੈ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ 1,80,000 ਜੇ ਮੰਨ ਲਓ 2 ਲੱਖ ਤਨਖਾਹ ਹੈ ਤਾਂ ਉਹਦੇ 'ਚੋਂ 1,80,000 ਤਨਖਾਹ ਜਿਹੜੀ ਹੋਏਗੀ ਹਰ ਮਹੀਨੇ ਉਹ ਮੇਰੀ ਜਨਤਾ ਦੀ ਸੇਵਾ ਦੇ ਵਿੱਚ ਜਾਏਗੀ ਮੇਰੇ ਤੋਂ ਕੋਈ ਵੀ ਨਿਊਜ਼ ਇਹ ਮੈਨੂੰ ਲੱਗਦਾ ਕਿ ਤੁਸੀਂ ਕੰਬੋਜ ਸਾਹਿਬ ਤੋਂ ਸਿੱਖੀ ਇਹ ਗੱਲ ਕਿਉਂਕਿ ਕੰਬੋਜ ਸਾਹਿਬ ਕਹਿੰਦੇ ਕਿ ਮੈਂ ਜਿਹੜੀ ਤਨਖਾਹ ਹੁੰਦੀ ਹੈ ਨਾ ਆਪਣੀ ਉਹ ਮੈਂ ਜਨਤਾ ਤੇ ਲਾਨਾ ਇੱਕ ਰੁਪਿਆ ਵੀ ਨਹੀਂ ਰੱਖਦਾ ਇੱਕ ਗੱਲ ਹੋਰ ਦੱਸਦਾ ਹਾਂ ਮੈਂ ਹਰ ਪਾਰਟੀ ਦੀ ਮਦਦ ਕੀਤੀ ਹੋਈ ਹੈ ਠੀਕ ਹੈ ਮੈਨੂੰ 2007 ਤੋਂ ਮੈਂ ਕਾਂਗਰਸ ਪਾਰਟੀ ਦੇ ਨਾਲ ਵੀ ਜੁੜਿਆ ਸੀ ਪਰ ਮੈਂ ਕਦੀ ਕਾਂਗਰਸ ਪਾਰਟੀ ਦੇ ਨਾਲ ਜੁੜ ਕੇ ਵੀ ਮੈਂ ਕਦੀ ਅੱਗੇ ਨਹੀਂ ਹੋ ਸਕਿਆ ਮੈਨੂੰ ਕੰਬੋਜ ਸਾਹਿਬ ਦੀ ਗੱਲ ਤੁਸੀਂ ਕਰਦੇ ਹੋ ਕੰਬੋਜ ਸਾਹਿਬ ਨੂੰ ਇਹ ਨਹੀਂ ਪਤਾ ਕਿ ਨੰਨਾ ਕੌਣ ਹੈ ਅੱਛਾ ਅੱਜ ਪਤਾ ਲੱਗ ਗਿਆ ਹੋਵੇ ਤੁਹਾਡੇ ਨਿਊਜ਼ ਰਾਹੀਂ ਜਿਵੇਂ ਅੱਜ ਕੱਲ੍ਹ ਮੇਰੀਆਂ ਖਬਰਾਂ ਚੱਲ ਰਹੀਆਂ ਤਾਂ ਸ਼ਾਇਦ ਪਤਾ ਲੱਗ ਗਿਆ ਹੋਵੇ ਮੈਨੂੰ ਨਹੀਂ ਪਤਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਨੰਨਾ ਕੌਣ ਹੈ ਮੈਨੂੰ ਪਤਾ ਕਿ ਕੰਬੋਜ ਸਾਹਿਬ ਕਿਹੜੇ ਨੇ ਕਿਉਂਕਿ ਉਹ MLA ਰਹਿ ਚੁੱਕੇ ਨੇ ਤਾਂ ਉਹਨਾਂ ਨੂੰ ਬੱਚਾ ਜਾਣਦਾ ਤਾਂ ਮੈਂ ਵੀ ਜਾਣਦਾ ਪਰ ਮੇਰਾ ਕਦੀ ਅੱਜ ਤੱਕ ਉਹਨਾਂ ਦੇ ਨਾਲ ਆਹਮਣੇ ਸਾਹਮਣੇ ਮਿਲਾਪ ਨਹੀਂ ਹੋਇਆ ਕਦੀ ਹੈਲੋ ਹਾਏ ਤੱਕ ਵੀ ਨਹੀਂ ਹੋਈਗੀ ਅੱਛਾ ਤੇ ਜੇ ਗੱਲ ਕਰੀਏ ਆਪਾਂ ਮੈਡਮ ਨੀਨਾ ਮਿੱਤਲ ਦੀ ਉਹ ਬੜੇ ਹਸਮੁਖ ਮੈਡਮ ਹੈ ਇਹ ਤਾਂ ਪੱਕੀ ਗੱਲ ਹੈ ਨਹੀਂ ਮੈਂ ਇਸ ਗੱਲ ਤੋਂ ਤੁਹਾਡੀ ਨਾਲ ਸਹਿਮਤ ਹਾਂ ਬਿਲਕੁਲ ਸਹਿਮਤ ਹਾਂ ਮੈਡਮ ਬਹੁਤ ਅੱਛੇ ਨੇ MLA ਮੈਡਮ ਹੈ ਸਾਡੇ ਸਤਿਕਾਰਯੋਗ ਨੇ ਬਹੁਤ ਅੱਛੇ ਨੇ ਖੈਰ ਮੇਰੀ ਉਹਨਾਂ ਨਾਲ ਵੀ ਕਦੀ ਮੁਲਾਕਾਤ ਨਹੀਂ ਹੋ ਪਾਈ ਪਿਛਲੇ ਦਿਨ ਤਾਂ ਥੋੜ੍ਹੀ ਬਹੁਤ ਨਾਰਾਜ਼ਗੀ ਦਿਖਦੀ ਸੀਗੀ ਵੀਡੀਓਜ਼ ਤੋਂ ਨਾਰਾਜ਼ਗੀ ਸੰਦੀਪ ਜੀ ਐਦਾਂ ਹੁੰਦਾ ਹੈ ਨਾਰਾਜ਼ਗੀ ਦਾ ਕਾਰਨ ਇਹ ਹੁੰਦਾ ਹੈ ਵੀ ਵਾਰਡ ਦੇ ਕੰਮ ਨਹੀਂ ਹੋਏ ਨਹੀਂ ਨਹੀਂ ਮੈਂ ਤੁਹਾਨੂੰ ਗੱਲ ਸਾਰੀ ਦੱਸਦਾ ਕਿ 25 ਸਾਲ ਤੋਂ ਮੈਂ ਉਸ ਕਲੋਨੀ 'ਚ ਰਹਿ ਰਿਹਾ ਸੀ ਕੰਮ ਨਹੀਂ ਹੁੰਦੇ ਸੀ ਚਲੋ ਕੰਮ ਸ਼ੁਰੂ ਹੋਏ ਪਰ ਉਹ ਵਿੱਚ ਰੁਕ ਗਏ ਉਹ ਜਦੋਂ ਵਿੱਚ ਰੁਕੇ ਨਾ ਉਹ ਸਾਨੂੰ ਇੰਨੀ ਤਕਲੀਫ ਦੇਣ ਲੱਗ ਗਏ ਸੀਗੇ ਕਿ ਉਹ ਪਹਿਲੇ ਨਾਲੋਂ ਵੀ ਬੁਰਾ ਹਾਲ ਹੋ ਗਿਆ ਸੀ ਸੜਕਾਂ ਦਾ ਕਿ ਜੇ ਇੱਕ ਵਾਰ ਮੀਂਹ ਪੈ ਜਾਂਦਾ ਸੀਗਾ ਤੇ ਸੜਕਾਂ ਤੋਂ ਲੰਘਣਾ ਔਖਾ ਹੋ ਜਾਂਦਾ ਸੀ ਫਿਰ ਅਸੀਂ ਬੜਾ ਕਲਪਦੇ ਸੀਗੇ ਫਿਰ ਉਸੇ ਸੜਕਾਂ ਕਾਰਨ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀ ਉਹਨਾਂ ਦੀ ਉਹ ਹੈਂਡੀਕੈਪਟ ਸੀਗੇ ਤੇ ਉਹਨਾਂ ਦੀ ਐਕਟਿਵਾ ਪਲਟ ਗਈ ਸੀ ਖੱਡੇ ਵਿੱਚ ਫਸ ਗਏ ਤੇ ਉਹਨਾਂ ਦੀ ਉਸ ਟਾਈਮ ਡੈਥ ਹੋ ਗਈ ਸੀਗੀ ਉਸ ਤੋਂ ਬਾਅਦ ਚਲੋ ਅਸੀਂ ਫਿਰ ਵੀ ਇੰਨਾ ਗੋਲ ਨਹੀਂ ਕੀਤਾ ਗਾ ਫਿਰ ਉਸ ਤੋਂ ਬਾਅਦ ਇੱਕ ਦਿਨ ਮੈਂ ਆਪਣੇ ਮਦਰ ਨੂੰ ਲੈ ਕੇ ਐਕਟਿਵਾ ਤੋਂ ਅਸੀਂ ਕੰਮ 'ਤੇ ਆ ਰਹੇ ਸੀਗੇ ਤਾਂ ਮੇਰੀ ਐਕਟਿਵਾ ਦਾ ਵੀ ਬੈਲੈਂਸ ਵਿਗੜਿਆ ਅਤੇ ਮੇਰੇ ਮਦਰ ਦੀ ਵੀ ਲੱਤ ਟੁੱਟ ਗਈ ਸੀਗੀ ਅਤੇ ਉਸ ਟਾਈਮ ਮੈਨੂੰ ਬੜਾ ਗੁੱਸਾ ਲੱਗਿਆ ਸੀਗਾ ਅਤੇ ਮੇਰੇ ਮਨ ਬੜਾ ਕਲਪਿਆ ਸੀਗਾ ਕਿ ਮੈਂ ਪਹਿਲਾਂ ਆਪਣੇ ਫਾਦਰ ਸਾਹਿਬ ਨੂੰ ਖੋ ਚੁੱਕਿਆ ਹੁਣ ਮੇਰੇ ਮਦਰ ਵੀ ਤਾਂ ਮੈਨੂੰ ਬੜਾ ਗੁੱਸਾ ਲੱਗਿਆ ਸੀ ਅਤੇ ਮੈਂ ਉਸ ਸਾਰੇ ਆਪਣੇ ਮਨ ਦੀ ਚਲੋ ਭੜਾਸ ਜੀ ਜਿਹੜੀ ਉਹ ਕੱਢੀ ਸੀਗੀ ਚਲੋ ਮੇਰੇ ਵੈਸੇ ਤਾਂ ਓਵਰਆਲ ਕੀ ਦੇਖਦੇ ਹੋ ਰਾਜਪੁਰੇ 'ਚ ਓਵਰਆਲ ਤਾਂ ਠੀਕ ਹੈ ਓਵਰਆਲ ਠੀਕ ਚੱਲ ਰਿਹਾ ਕੰਮ ਹਾਂ ਉਹ ਠੀਕ ਚੱਲ ਰਿਹਾ ਕੰਮ ਅੱਛੇ ਹੋ ਰਿਹਾ ਕੰਮ ਵਧੀਆ ਹੋ ਰਿਹਾ ਹੁਣੇ ਵੀ ਚਾਹੀਦੇ ਆ MLA ਮੈਡਮ ਦੀ ਜ਼ਿੰਮੇਵਾਰੀ ਵੀ ਹੈ ਔਰ ਕਰ ਵੀ ਅੱਛਾ ਰਹੇ ਹੈ ਇਹੋ ਜਿਹੀ ਗੱਲ ਨਹੀਂ ਹੈ ਤਾਂ ਮੈਂ ਕਿਸੇ ਨੂੰ ਕੋਈ ਮਾੜਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੇਰੀ ਕੋਈ ਜਾਤੀ ਦੁਸ਼ਮਣੀ ਤਾਂ ਕਿਸੇ ਨਾਲ ਹੈ ਨਹੀਂ ਹੈ ਨਾ ਜੀ ਜੇ ਉਹਨਾਂ ਉਹ ਕੰਮ ਕਰ ਰਹੇ ਨੇ ਤਾਂ ਵੀ ਵਧੀਆ ਔਰ ਕਰ ਰਹੇ ਨੇ ਅੱਛਾ ਕਰ ਰਹੇ ਨੇ ਤਾਂ ਮੈਂ ਅੱਛਾ ਹੀ ਕਹੂੰਗਾ ਮੈਂ ਇਹ ਨਹੀਂ ਕਹੂੰਗਾ ਕਿ ਜੇ ਅੱਛਾ ਕਰ ਰਹੇ ਨੇ ਤਾਂ ਮੈਂ ਕਹਿ ਦੇਵਾਂ ਕਿ ਨਹੀਂ ਕਰ ਰਹੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਨਾ ਨਹੀਂ ਚਾਹ ਚੂਹ ਤਾਂ ਪੀ ਲਓਗੇ ਕੀ ਗੱਲ ਚਾਹ ਤਾਂ ਪੀਓ ਹੋਰ
ਕਿਸ ਤਰ੍ਹਾਂ ਫਿਰ ਫਿਰ ਤਿਆਰੀ ਹੈ ਪੂਰੀ, ਹੈ ਨਾ ਸੰਦੀਪ ਜੀ? ਤਿਆਰੀ ਬੱਲੇ ਬੱਲੇ ਹੈ ਸੰਦੀਪ ਜੀ। ਅੱਜ ਮੈਂ ਇੱਕ ਹੋਰ ਇੱਥੇ ਵਾਅਦਾ ਕਰਨ ਜਾ ਰਿਹਾ, ਕਿਉਂਕਿ ਮੇਰੀ ਇੰਨੀ ਕਪੈਸਿਟੀ ਨਹੀਂ ਹੈਗੀ ਕਿ ਮੈਂ ਕੋਈ ਚੋਣ ਮਨੋਰਥ ਪੱਤਰ ਕੱਢ ਸਕਾਂ। ਤੁਹਾਨੂੰ ਸਾਰਾ ਪਤਾ ਹੈ ਨਾ, ਲੋਕ ਸਪੋਰਟ ਕਰਨਗੇ ਤੁਹਾਡੀ, ਤੁਹਾਨੂੰ ਪੈਸੇ ਵੀ ਦੇਣਗੇ, ਕੋਈ ਦਿੱਕਤ ਨਹੀਂ ਹੈ। ਮਨੋਰਥ ਪੱਤਰ ਨਹੀਂ ਕੱਢ ਸਕਦਾਗਾ, ਚਲੋ ਜਦੋਂ ਮੇਰੀ ਜਨਤਾ ਸੇਵਾ ਮੈਨੂੰ ਕੁਝ ਮੇਰੀ ਹੈਲਪ ਕਰੂਗੀ ਤਾਂ ਮੇਰੇ ਕੋਲ ਜਿੰਨਾ ਹੋ ਸਕੇਗਾ ਮੈਂ ਕਰੂੰਗਾ ਵੀ, ਪਰ ਹਜੇ ਤੱਕ ਮੇਰੇ ਕੋਲ ਇਹੋ ਜਿਹਾ ਕੁਛ ਵੀ ਨਹੀਂ ਹੈ ਕਿ ਮੈਂ ਕੁਝ ਕਰ ਸਕਾਂ। ਪਰ ਮੈਂ ਤੁਹਾਡੇ ਨਾਲ ਇੱਕ ਵਾਅਦਾ ਹੋਰ ਕਰਕੇ ਜਾ ਰਿਹਾ ਅੱਜ ਤੁਹਾਡੇ ਨਿਊਜ਼ ਚੈਨਲ ਰਾਹੀਂ, ਕਿ ਮੈਂ ਤੁਹਾਨੂੰ ਪਿੱਛੇ ਜੇ ਹੁਣੇ ਇੱਕ ਗੱਲ ਕਹਿ ਰਿਹਾ ਸੀ ਕਿ ਨੌਜਵਾਨ ਇਹੋ ਜਿਹੇ ਵੀ ਨੇ ਜਿਹੜੇ ਕਿਸੇ ਕਾਰਨਵਸ਼ ਪੜ੍ਹ ਨਹੀਂ ਸਕਦੇ ਗੇ। ਸਰਕਾਰਾਂ ਤਾਂ ਮੈਰਿਟ ਦੇ ਆਧਾਰ 'ਤੇ ਉਹਨਾਂ ਨੂੰ ਨੌਕਰੀਆਂ ਦੇ ਰਹੀਆਂ, ਪਰ ਜਿਹੜੇ ਪੜ੍ਹ ਨਹੀਂ ਸਕਦੇ ਗੇ, ਜਿਹੜੇ ਰਹਿ ਜਾਂਦੇ, ਉਹਨਾਂ ਨੂੰ ਕੀ ਸਹੂਲਤਾਂ ਸਰਕਾਰ ਵੱਲੋਂ? ਮੈਂ ਸਰਕਾਰ ਤੋਂ ਵੀ ਜਵਾਬ ਮੰਗਣਾ ਚਾਹੁੰਦਾ, ਤੁਸੀਂ ਉਹਨਾਂ ਲਈ ਕੀ ਸਹੂਲਤ ਹੈ? ਜੇ ਮੈਨੂੰ ਮੇਰੀ ਜਨਤਾ ਜਿਤਾ ਕੇ ਭੇਜਦੀ ਹੈ ਤਾਂ ਮੇਰਾ ਉਹਨਾਂ ਲਈ ਵੀ ਪਹਿਲ ਦੇ ਆਧਾਰ 'ਤੇ ਕੰਮ ਉਹਨਾਂ ਨੌਜਵਾਨਾਂ ਲਈ ਹੋਏਗਾ ਜਿਹੜੇ ਪੜ੍ਹੇ ਲਿਖੇ ਨਹੀਂ ਹੈਗੇ ਗੇ। ਉਹਨਾਂ ਨੂੰ ਚਾਹੇ ਫੋਰਥ ਦੀ ਚੌਥੇ ਦਰਜੇ ਦੀ ਨੌਕਰੀ ਮਿਲੇ, ਚੌਥੇ ਦਰਜੇ ਦੀ ਨੌਕਰੀ ਤਾਂ ਉਹ ਕਰ ਸਕਦੇ ਹੈ, ਪੀਐਨ ਦੀ, ਚਪੜਾਸੀ ਦੀ, ਜਾਂ ਕੋਈ ਹੋਰ ਚੌਥੇ ਦਰਜੇ ਦੀ ਨੌਕਰੀ ਉਹ ਕਰ। ਤਾਂ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਸੈਂਟਰਲ ਗੌਰਮੈਂਟ ਤੋਂ ਪਾਸ ਕਰਾ ਕੇ ਉਹਨਾਂ ਨੌਜਵਾਨਾਂ ਨੂੰ ਸੈਂਟਰਲ ਗੌਰਮੈਂਟ ਦੇ ਅਧੀਨ ਭਰਤੀ ਕਰਾਵਾਂਗਾ। ਦੇਖੋ ਨੰਨਾ ਜੀ, ਗੱਲ ਇਹ ਹੈ ਵੀ ਪਤਾ ਕੁਛ ਵੀ ਨਹੀਂ ਹੈ, ਇਹ ਤਾਂ ਪਬਲਿਕ ਹੈ। ਇਹ ਜ਼ਰੂਰੀ ਨਹੀਂ ਹੈ ਵੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਅਤੇ ਤੁਹਾਨੂੰ ਲੋਕ ਜਿਤਾਉਣਗੇ ਨਹੀਂ। ਕੁਛ ਨਹੀਂ ਪਤਾ ਵੀ ਕਿਹਦੀ ਕਿਸਮਤ ਜਾਗ ਜਾਵੇ, ਤੁਸੀਂ ਜਿੱਤ ਜਾਓ, ਫਿਰ ਗਨਮੈਨ ਮਿਲਣਗੇ। ਗਨਮੈਨ ਤਾਂ ਮਿਲਣਗੇ ਜੀ। ਹਾਂਜੀ, ਨਹੀਂ ਗਨਮੈਨ ਤਾਂ ਤੁਹਾਨੂੰ ਹੁਣ ਮਿਲ ਜਾਣਗੇ ਜਦ ਤੁਸੀਂ ਪਰਚਾ ਭਰਿਆ। ਮੈਂ ਕਿਹਾ ਦੋ ਪਤਾ ਨਹੀਂ ਚਾਰ ਗਨਮੈਨ ਤਾਂ ਉਸੇ ਦਿਨ ਹੀ ਮਿਲ ਜਾਂਦੇ ਆ। ਸੰਦੀਪ ਜੀ, ਗਨਮੈਨ ਮਿਲਣਗੇ, ਠੀਕ ਹੈ, ਅੱਛੀ ਗੱਲ ਹੈ, ਚਲੋ ਹੁਣੇ ਵੀ ਚਾਹੀਦੇ ਆ। ਮੇਰਾ ਵੀ ਚਾਹੀਦਾ, ਸ਼ੌਂਕ ਹੈਗਾ ਤੁਹਾਡਾ? ਮੇਰਾ ਵੀ ਸ਼ੌਂਕ ਹੈਗਾ, ਚਲੋ ਮੈਨੂੰ ਵੀ ਕਹਿਣਗੇ ਹਾਂਜੀ ਮੈਨੂੰ ਗਨਮੈਨ ਮਿਲੇ। ਚਲੋ, ਕਦੀ ਸੋਚਿਆ ਨਹੀਂ ਸੀਗਾ ਮਨ ਚ ਕਿ ਮੈਂ, ਸੰਦੀਪ ਜੀ ਮੈਂ ਤੁਹਾਨੂੰ ਇੱਕ ਗੱਲ ਕਹਾਂ, ਮੈਂ ਕਦੀ ਇਹ ਨਹੀਂ ਸੋਚਿਆ ਸੀਗਾ ਕਿ ਮੈਂ ਕਿਸੇ ਸਟੂਡੀਓ ਚ ਬੈਠਾਂਗਾ। ਇਹ ਕਿਵੇਂ ਸੋਚਿਆ ਤੁਸੀਂ? ਜਦ ਮਰਜ਼ੀ ਆ ਸਕਦਾ ਕੋਈ ਬੰਦਾ ਸਟੂਡੀਓ ਦੇ ਵਿੱਚ? ਮੈਂ ਤਾਂ ਕਦੀ, ਯਾਨੀ ਕਹਿੰਦਾ ਮੈਂ ਕਦੀ ਮਨ 'ਚ ਵੀ ਨਹੀਂ ਸੋਚਿਆ ਸੀਗਾ ਕਿ ਮੇਰੇ ਵਾਸਤੇ ਇਹੋ ਜਿਹਾ ਦਿਨ ਵੀ ਆਊਗਾ ਕਿ ਮੈਂ ਕਿਸੇ ਸਟੂਡੀਓ 'ਚ ਨਹੀਂ। ਹਜੇ ਤਾਂ ਤੁਸੀਂ ਰੋਜ਼ ਕਿਸੇ ਸਟੂਡੀਓ ਨਾਲ ਕਿਸੇ ਨਾ ਕਿਸੇ ਸਟੂਡੀਓ 'ਚ ਜਾਣਾ ਪੈ ਰਿਹਾ ਜੀ। ਅੱਛਾ, ਨਹੀਂ ਹਜੇ ਤਾਂ ਕੱਲ੍ਹ ਨੀਟੂ ਸ਼ਟਰਾਂ ਵਾਲੇ ਆ ਰਹੇ, ਮੈਂ ਸੁਣਿਆ ਵੀ ਉਹ ਤੁਹਾਨੂੰ ਪਾਰਟੀ ਜੁਆਇਨ ਕਰਾਉਣਗੇ ਆਪਣੀ। ਹਾਂਜੀ ਭਾਜੀ, ਨੀਟੂ ਸ਼ਟਰਾਂ ਵਾਲੇ ਆ ਰਹੇ ਹੈ ਤੇ ਆਪਣਾ ਭਾਬੀ ਚੁੰਮੇ ਵਾਲੀ ਆ ਰਹੀ ਹੈ। ਚੁੰਮੇ ਵਾਲੀ ਆ ਰਹੀ ਹੈ ਜੀ। ਹਾਂਜੀ, ਮੈਨੂੰ ਪੂਰਾ ਸਮਰਥਨ ਦੇਣ ਲਈ ਕੱਲ 11:30 ਅਫਸਰ ਕਲੋਨੀ ਵਾਰਡ ਨੰਬਰ 15 ਮੇਰੇ ਨਿਵਾਸ ਸਥਾਨ ਤੇ ਪਹੁੰਚ ਰਹੇ ਨੇ। ਤੇ ਮੈਂ ਜਨਤਾ ਨੂੰ ਵੀ ਤੁਹਾਡੇ ਚੈਨਲ ਰਾਹੀਂ ਅਪੀਲ ਕਰੂੰਗਾ ਕਿ ਜਿਹੜੇ ਮੇਰੇ ਵੋਟਰ ਤੇ ਸਪੋਰਟਰ ਨੇ ਉਹ ਵੀ ਮੈਨੂੰ ਸਮਰਥਨ ਦੇਣ ਲਈ ਕੱਲ 11:30 ਅਫਸਰ ਕਲੋਨੀ ਵਾਰਡ ਨੰਬਰ 15 ਦੇ ਵਿੱਚ ਉੱਥੇ ਮੈਨੂੰ ਪਹੁੰਚਣ ਤੇ ਮੇਰੀ ਹੌਸਲਾ ਅਫਜ਼ਾਈ। ਦੇਖੋ, ਜੇ ਲੋਕੀ ਨਾ ਪਹੁੰਚੇ ਨਾ ਉੱਥੇ, ਫਿਰ ਇਸ ਚੀਜ਼ ਦਾ ਦੁੱਖ ਨਾ ਮਨਾਇਓ, ਕਿਉਂਕਿ ਤੁਹਾਨੂੰ ਪਤਾ ਕਿ ਵੱਡੇ ਵੱਡੇ ਜ਼ਬਰਦਸਤ ਬੰਦੇ ਖੜੇ ਆ ਮਹਾਰਾਣੀ ਪ੍ਰਨੀਤ ਕੌਰ ਨਾਲ ਤੁਹਾਡੀ। ਪਹਿਲਾਂ ਤਾਂ ਮੈਨੂੰ ਇਹ ਦੱਸੋ ਇੱਕ ਗੱਲ ਨੰਨਾ ਜੀ, ਤੁਹਾਡੀ ਟੱਕਰ ਕਿਹਦੇ ਨਾਲ ਸਮਝਦੇ ਤੁਸੀਂ? ਦੇਖੋ, ਡਾਕਟਰ ਬਲਬੀਰ ਜੀ ਮੌਜੂਦਾ ਸਰਕਾਰ ਦੇ ਮੰਤਰੀ ਹੈ, ਮਹਾਰਾਣੀ ਪ੍ਰਨੀਤ ਕੌਰ ਪਿਛਲੇ ਕਈ ਸਾਲਾਂ ਤੋਂ ਦੇਖੋ MP ਰਹਿ ਚੁੱਕੇ ਹੈ, ਉਹਨਾਂ ਨੂੰ ਸਭ ਕੁਝ ਪਤਾ ਹੈ, ਅਤੇ ਸਾਬਕਾ ਮੁੱਖ ਮੰਤਰੀ ਦੀ ਧਰਮ ਪਤਨੀ ਹੈ। ਅਤੇ ਦੂਜੀ ਗੱਲ ਤੁਸੀਂ ਦੇਖੋ, ਅਤੇ ਹੁਣ ਗਾਂਧੀ ਜੀ ਪਹਿਲਾਂ ਵੀ MP ਰਹਿ ਚੁੱਕੇ ਹੈ ਅਤੇ ਹੁਣ ਕਾਂਗਰਸ ਦਾ ਟਿਕਟ ਤੋਂ ਖੜ੍ਹ ਗਏ ਉਹ, ਬੜੇ ਵੱਡੇ ਵੱਡੇ ਲੋਕ ਆ ਰਹੇ ਉਹਨਾਂ ਨੂੰ ਸਮਰਥਨ ਦੇਣ ਵਾਸਤੇ, ਉਹਨਾਂ ਦੀ ਕੰਪੇਨਿੰਗ ਕਰਨ ਵਾਸਤੇ, ਘਬਰਾਓਗੇ ਤਾਂ ਨਹੀਂ ਕਿਤੇ? ਸੰਦੀਪ ਜੀ, ਘਬਰਾਉਣ ਵਾਲੀ ਗੱਲ ਮੈਂ ਤੁਹਾਨੂੰ ਹੁਣ ਕਲੀਅਰ ਕਰ ਦਿੰਦਾ, ਜਿਹੜੀ ਜਨਤਾ ਹੈ ਨਾ ਉਹ ਹੁਣ ਸਮਝਦਾਰ ਹੋ ਚੁੱਕੀ ਹੈ। ਉਹਨਾਂ ਨੇ ਸਭ ਨੂੰ ਦੇਖ ਲਿਆ, ਅਕਾਲੀ ਭਾਜਪਾ ਨੂੰ ਉਹਨਾਂ ਨੇ ਦੇਖ ਲਿਆ ਵਰਤ ਕੇ,
ਕਾਂਗਰਸ ਨੂੰ ਉਹਨਾਂ ਨੇ ਦੇਖ ਲਿਆ ਵਰਤ ਕੇ। ਜਨਤਾ ਨੇ ਕਿਹਾ ਵੀ ਅਕਾਲੀ ਭਾਜਪਾ, ਕਦੀ ਉਹਦੀ ਵਾਰੀ ਕਦੀ ਉਹਦੀ ਵਾਰੀ, ਵਾਰੀ ਵੱਟਾ ਵਾਰੀ ਵੱਟਾ, ਐਤਕੀ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਦਈਏ। ਉਹਨਾਂ ਨੂੰ ਵੀ ਦੇਖ ਲਿਆ ਉਹਨਾਂ ਨੇ। ਜਨਤਾ ਪਾਰਟੀ ਬਾਜੀ ਤੋਂ ਇੰਨੀ ਪਰੇਸ਼ਾਨ ਹੋ ਚੁੱਕੀ ਹੈ ਨਾ, ਇੰਨੀ ਹੁਣ ਜਨਤਾ ਸਮਝਦਾਰ ਹੋ ਚੁੱਕੀ ਹੈ ਕਿ ਇਹ ਪਾਰਟੀ ਬਾਜੀ ਵਾਲਿਆਂ ਨਾਲ ਕੁਛ ਨਹੀਂ ਪਿਆ ਗਾ। ਜਨਤਾ ਨੂੰ ਸਮਝ ਆ ਗਈ ਹੈ ਕਿ ਹੁਣ ਇੱਕ ਨੰਨੇ ਵਰਗੇ ਉਮੀਦਵਾਰ ਨੂੰ ਮੌਕਾ ਦਈਏ। ਸੰਦੀਪ ਜੀ, ਮੈਨੂੰ ਇੰਨਾ ਸਮਰਥਨ ਮਿਲਿਆ, ਮੈਨੂੰ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਮੈਨੂੰ ਮੇਰੀ ਜਨਤਾ ਕਹਿ ਰਹੀ ਹੈ, ਮੇਰੇ ਵੋਟਰ ਕਹਿ ਰਹੇ ਨੇ ਕਿ ਇਸ ਵਾਰੀ ਅਸੀਂ ਨੰਨੇ ਨੂੰ ਸਮਰਥਨ ਦੇਣਾ, ਅਸੀਂ ਸਾਰੀਆਂ ਪਾਰਟੀਆਂ ਦੇਖ ਲਈਆਂ। ਨੰਨਾ ਜੀ, ਮੇਰੀ ਇੱਕ ਗੱਲ ਸੁਣੋ, ਮੈਂ ਕਟਿੰਗ ਕਰਾਉਣ ਗਿਆ ਸੀਗਾ ਅਤੇ ਉੱਥੇ ਮੈਂ ਤੁਹਾਡੀ ਫੋਟੋ ਪਾਈ ਸੀ ਇੱਕ ਫੇਸਬੁੱਕ 'ਤੇ ਆਪਣੇ ਨਾਲ। ਮੈਂ ਕਿਹਾ ਪਤਾ ਨਹੀਂ ਨੰਨਾ ਜੀ ਬਾਅਦ 'ਚ ਫੋਟੋ ਖਿਚਾਉਣਗੇ ਕਿ ਨਹੀਂ, ਅਤੇ ਮੈਂ ਫੋਟੋ ਖਿਚਾ ਕੇ ਆਪਣੀ ਸੋਸ਼ਲ ਮੀਡੀਆ 'ਤੇ ਪਾਈ ਸੀ ਅਤੇ ਉਹ ਮੈਨੂੰ ਪੁੱਛ ਰਹੇ ਸੀਗੇ ਵੀ ਇਹ ਨੰਨਾ ਤਾਂ ਸਾਡੇ ਨਾਲ ਪੜਿਆ ਹੋਇਆ ਸ਼ਾਇਦ, ਤੁਹਾਨੂੰ ਫੋਨ ਵੀ ਕੀਤਾ ਹਾਨੀ ਨੇ, ਹੈ ਨਾ? ਹਾਂਜੀ ਹਾਂਜੀ, ਹਾਨੀ ਦਾ ਫੋਨ ਆਇਆ ਸੀ ਨਾ। ਅਤੇ ਤੁਹਾਡੇ ਕੋਲ ਵਹੀਕਲ ਕਿਹੜਾ? ਵਹੀਕਲ ਮੇਰੇ ਕੋਲ ਐਕਟਿਵ ਹੈ ਭਾਜੀ। ਅਤੇ ਕੱਲ੍ਹ ਨੂੰ ਗਨਮੈਨ ਨੂੰ ਦੋ ਨੂੰ ਕਿਸ ਤਰ੍ਹਾਂ, ਮਤਲਬ ਸਮਝ ਗਈ, ਗਨਮੈਨ ਚਲਾਉਣਗੇ ਐਕਟਿਵਾ ਜਾਂ ਤੁਸੀਂ ਚਲਾਓਗੇ, ਵਿੱਚ ਬੈਠੋਗੇ, ਦੋਨਾਂ ਦੇ ਕਿਵੇਂ ਕਰੋਗੇ? ਸੰਦੀਪ ਜੀ ਦੇਖੋ, ਇਹਦੇ ਬਾਰੇ ਤਾਂ ਮੈਂ ਤੁਹਾਨੂੰ ਕਲੀਅਰ ਦੱਸਣਾ ਚਾਹੂੰਗਾ। ਇੰਨਾ ਤਾਂ ਹਜੇ ਮੈਨੂੰ ਵੀ ਨਹੀਂ ਪਤਾ ਹੈਗਾ ਕਿ ਮੈਂ ਆਪਣੇ ਗਨਮੈਨ ਨੂੰ ਕਿਵੇਂ ਲੈ ਕੇ ਜਾਊਂਗਾ, ਕਿੱਥੇ ਰੱਖ। ਤੇ ਘਰ ਦੇ ਵਿੱਚ ਦੋ ਕਮਰੇ ਐ, ਦੋ ਕਮਰੇ, ਇੱਕ ਤਾਂ ਗਨਮੈਨ ਨੇ ਲੈ ਲੈਣਾ। ਫਿਰ ਚੀਜ਼ ਦੀ ਮੈਨੂੰ ਵੀ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਨਾ, ਮੈਂ ਗਨਮੈਨ ਨੂੰ ਕਿੱਥੇ ਰੱਖਣਾ ਹੈ, ਕਿਵੇਂ ਲੈ ਕੇ ਜਾਣਾ, ਹਜੇ ਇਸ ਬਾਰੇ ਮੈਨੂੰ ਨਹੀਂ ਪਤਾ ਗਾ। ਪਰ ਹਾਂ, ਪਰਮਾਤਮਾ ਮੇਰੇ ਵਾਸਤੇ, ਪਹਿਲੇ ਵੀ ਉਹਨੇ ਮੇਰੇ ਵਾਸਤੇ ਬਹੁਤ ਚੰਗਾ ਕੀਤਾ ਹੈ, ਤਾਂ ਮੈਨੂੰ ਵਾਹਿਗੁਰੂ ਪਰਮਾਤਮਾ ਈਸ਼ਵਰ ਸਭ 'ਤੇ ਭਰੋਸਾ। ਜਿੱਤਣ ਤੋਂ ਬਾਅਦ ਤਾਂ ਤੁਹਾਨੂੰ ਦਿੱਲੀ 'ਚ ਸਰਕਾਰੀ ਕੋਠੀ ਮਿਲ ਜਾਏਗੀ। ਸੰਦੀਪ ਜੀ, ਮੇਰੀ ਇੱਕ ਗੱਲ, ਜੇ ਦਿੱਲੀ ਸਰਕਾਰੀ ਕੋਠੀ ਮਿਲ ਗਈ ਤੇ ਉਰੇ ਕਾਰੋਬਾਰ ਕੌਣ ਸੰਭੇਗਾ ਜਿਹੜਾ ਸਕੂਲ ਦੇ ਵਿੱਚ? ਸੰਦੀਪ ਜੀ, ਮੈਂ ਇਹ ਗੱਲ ਤੁਹਾਡੇ ਅੱਗੇ ਕਲੀਅਰ ਕਰਨ ਜਾ ਰਿਹਾ, ਮੈਨੂੰ ਕੋਠੀ ਮਿਲੇ ਨਾ ਮਿਲੇ, ਕਾਗਜ਼ਾਂ 'ਚ ਹੋਵੇਗੀ ਕੋਠੀ ਨੰਨੇ ਨੂੰ ਮਿਲੀ ਹੈ, ਪਰ ਮੈਂ ਦਿੱਲੀ ਦੇ ਵਿੱਚ ਨਹੀਂ ਰਹਿਣਾ। ਮੈਂ ਦਿੱਲੀ 'ਚ ਸਿਰਫ ਉਦੋਂ ਜਾਊਂਗਾ ਜਦੋਂ ਸਾਡਾ ਸੈਸ਼ਨ ਹੋਊਗਾ। ਅੱਛਾ, ਠੀਕ ਹੈ। ਮੈਂ ਸਿਰਫ ਉੱਥੇ ਉਦੋਂ ਜਾਊਂਗਾ, ਉਸੇ ਦਿਨ ਵਾਪਸੀ ਸ਼ਾਮ ਨੂੰ ਆਪਣੀ ਰਾਜਪੁਰੇ ਹੋਏਗੀ, ਤੇ ਮੈਂ ਆਪਣੇ ਜਿਹੜਾ ਮੇਰਾ ਘਰ ਹੁਣ ਹੈਗਾ, ਹਮੇਸ਼ਾ ਮੇਰਾ ਇਹੀ ਘਰ। ਨਹੀਂ ਨਹੀਂ, ਰਹਿਣਾ ਪੈਂਦਾ ਉੱਥੇ ਜਦ ਸੈਸ਼ਨ ਚੱਲਦੇ ਆ ਨਾ, ਕੋਠੀ ਦੇ ਵਿੱਚ, ਸਰਕਾਰੀ ਦੇ ਵਿੱਚ। ਸੰਦੀਪ ਜੀ, ਮੈਂ ਕੁਝ ਇਹੋ ਜਿਹਾ, ਮੇਰੀ ਪਲਾਨਿੰਗ ਹੈ, ਮੈਂ ਸਾਰੀਆਂ ਸਰਕਾਰਾਂ ਤੋਂ ਹਟ ਕੇ ਹੀ ਚੱਲੂਗਾ। ਅੱਛਾ, ਮੈਂ ਸਾਰੇ ਐਮਪੀਆਂ ਤੋਂ ਉਮੀਦਵਾਰਾਂ ਤੋਂ, ਫਿਰ ਤੁਹਾਨੂੰ ਉੱਥੇ ਮੋਦੀ ਜੀ ਨੇ ਵੀ ਮਿਲਣਾ ਹੈ। ਮੈਨੂੰ ਰਾਤ ਨੂੰ 11 ਵਜੇ ਆਣਾ ਪਵੇ ਤੇ ਸਵੇਰੇ 4 ਵਜੇ ਫਿਰ ਨਹੀਂ, ਤੁਹਾਨੂੰ ਉੱਥੇ ਉੱਥੇ ਦੇਖੋ ਪਤਾ ਨਹੀਂ ਕੌਣ ਕੌਣ ਜਿੱਤ ਕੇ ਜਾਂਦਾ ਹੈ, ਤੇ ਮੋਦੀ ਜੀ ਕਹਿੰਦੇ ਐਤ ਕੀ 400 ਪਾਰ, ਠੀਕ ਹੈ ਨਾ? ਤੁਸੀਂ ਆਜ਼ਾਦ ਉਮੀਦਵਾਰ ਖੜੇ ਹੋ ਰਹੇ ਹੋ, ਨੀਟੂ ਛਟਰਾਲ ਜੀ ਦੀ ਪਾਰਟੀ ਜਿਹੜੀ ਹੈਗੀ, ਦੇਖਦੇ ਕਿਹੜਾ ਚੋਣ ਨਿਸ਼ਾਨ ਮਿਲਦਾ ਤੁਹਾਨੂੰ, ਤੇ ਉਹ ਵੀ ਕੱਲ ਆਣਗੇ ਤਾਂ ਉਹਨਾਂ ਨੂੰ ਵੀ ਦੇਖਣ ਵਾਸਤੇ ਲੋਕ ਆਣਗੇ ਹੀ, ਤੇ ਤੁਹਾਡੇ ਨਾਲ ਵੀ ਹੁਣ ਤਾਂ ਤੁਸੀਂ ਵੀ ਸੈਲੀਬ੍ਰਿਟੀ ਬਣ ਗਏ, ਸੈਲਫੀਆਂ ਤੁਹਾਡੇ ਨਾਲ ਵੀ ਚੱਲ ਰਹੀਆਂ। ਤੇ ਜਦ ਤੁਸੀਂ ਜਿੱਤ ਕੇ ਜਾਓਗੇ, ਤੁਸੀਂ ਕਿਹੜੀ ਸਰਕਾਰ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਉੱਥੇ? ਵੀ ਕਿਹਦੀ ਸਰਕਾਰ ਆਉਣੀ ਚਾਹੀਦੀ ਹੈ? ਰਾਹੁਲ ਗਾਂਧੀ ਜੀ ਦੀ ਸਰਕਾਰ ਆਉਣੀ ਚਾਹੀਦੀ ਹੈ, ਜਾਂ ਕਿਉਂਕਿ ਤੁਹਾਡੀ ਸਰਕਾਰ ਤਾਂ ਆਏਗੀ ਨਹੀਂ, ਤੁਸੀਂ ਤਾਂ ਆਜ਼ਾਦ ਹੋ ਇੱਕ ਤਰ੍ਹਾਂ ਦੇ, ਠੀਕ ਹੈ ਨਾ? ਤੁਹਾਡੇ ਤਾਂ ਕੈਂਡੀਡੇਟ ਵੀ ਘੱਟ ਹੈ, ਤੁਸੀਂ ਤਾਂ ਸਰਕਾਰ ਨਹੀਂ ਨਾ ਬਣਾ ਸਕਦੇ ਪ੍ਰਧਾਨ ਮੰਤਰੀ। ਹਾਂਜੀ, ਤੇ ਕਿਉਂਕਿ ਨੀਟੂ ਸ਼ਟਰਾਲ ਵਾਲਾ ਤਾਂ ਪ੍ਰਧਾਨ ਮੰਤਰੀ ਮੇਰੇ ਹਿਸਾਬ ਨਾਲ ਤਾਂ ਹਜੇ। ਸੰਦੀਪ ਜੀ, ਕਿਹੜੀ ਸਰਕਾਰ ਦੇ ਨਾਲ ਕੰਮ ਕਰਨਾ ਚਾਹੁੰਦੇ? ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਜਿਹੜੀ ਪਾਰਟੀ ਮੇਰੇ ਸਮਝੌਤਿਆਂ ਨਾਲ ਸਹਿਮਤ ਹੋਏਗੀ, ਜੋ ਮੇਰੇ ਮੁੱਦੇ ਆ ਉਹਨਾਂ ਨਾਲ ਸਹਿਮਤ ਹੋਏਗੀ, ਕਿਉਂਕਿ ਮੈਨੂੰ ਪਾਰਟੀ ਦੇ ਨਾਲ ਵੀ ਜਾਣਾ ਜ਼ਰੂਰੀ ਹੈ। ਜੇ ਮੈਂ ਕਿਸੇ ਪਾਰਟੀ ਦੇ ਨਾਲ ਸਮਝੌਤਾ ਕਰੂੰਗਾ ਜਿੱਤਣ ਤੋਂ ਬਾਅਦ, ਨੀਟੂ ਸ਼ਟਰਾਲਾ ਜਿਹਨੂੰ ਕਹੇਗਾ
ਜਿਹੜੇ ਨੀਟੂ ਸ਼ਟਰ ਵਾਲੇ ਆ ਉਹ ਜਿਹਨੂੰ ਕਹਿਣਗੇ ਤੁਸੀਂ ਉਹਨੂੰ ਸਮਰਥਨ ਕਰਨਾ ਪਏਗਾ ਨਾ, ਕਿਉਂਕਿ ਤੁਸੀਂ ਉਹਨਾਂ ਦੀ ਪਾਰਟੀ ਦੇ ਪਾਰਟੀ ਦੇ ਪ੍ਰਧਾਨ ਨੀਟੂ ਸ਼ਟਰਾਂ ਵਾਲੇ ਜਿਹਨੂੰ ਸਮਰਥਨ, ਜਿਹੜੀ ਪਾਰਟੀ ਨੂੰ ਸਮਰਥਨ ਦੇਣਗੇ ਅਸੀਂ ਉਹਨਾਂ ਦੇ ਨਾਲ ਜਾਵਾਂਗੇ, ਕਿਉਂਕਿ ਪਾਰਟੀ ਦੇ ਨਾਲ ਜਾਣਾ ਵੀ ਜ਼ਰੂਰੀ ਹੈ, ਤਾਂ ਹੀ ਅਸੀਂ ਜਨਤਾ ਦੇ ਕੰਮ ਕਰ ਸਕਦੇ ਹਾਂ। ਕਿਵੇਂ ਕਿਵੇਂ ਲੱਗੇਗਾ ਉੱਥੇ ਜਦ ਤੁਸੀਂ ਸਪੋਜ਼ ਕਰੋ ਤੁਸੀਂ ਜਿੱਤ ਗਏ? ਹਾਂਜੀ, ਪਹਿਲਾਂ ਤਾਂ ਤੁਹਾਨੂੰ ਜਿੱਤ ਦੀ ਕਿਵੇਂ ਲੱਗੇਗਾ ਵੀ ਤੁਸੀਂ ਮਹਾਰਾਣੀ ਸਾਹਿਬ ਨੂੰ ਵੀ ਹਰਾਤਾ, ਆਪਣਾ ਐਨ ਕੇ ਸ਼ਰਮਾ ਜੀ ਨੂੰ ਵੀ ਹਰਾਤਾ, ਕਿੰਨੇ ਵੱਡੇ ਵੱਡੇ ਅਮੀਰ ਆਦਮੀ ਹੈ ਦੇਖੋ, ਅਤੇ ਵੱਡੇ ਵੱਡੇ ਬੰਦੇ ਖੜ੍ਹੇ ਉਹਨਾਂ ਨੂੰ ਹਰਾਤਾ, ਤੁਹਾਨੂੰ ਕਿਸ ਤਰ੍ਹਾਂ ਲੱਗੇਗਾ ਉੱਥੇ? ਤੁਹਾਨੂੰ ਮੋਦੀ ਜੀ ਨੇ ਵੀ ਮਿਲਣਾ ਹੈ, ਅਮਿਤ ਸ਼ਾਹ ਜੀ ਨੇ ਵੀ ਮਿਲਣਾ ਹੈ ਜੇ ਜਿੱਤਣਗੇ ਉਹ ਸਾਰੇ ਤਾਂ। ਸੰਦੀਪ ਜੀ, ਮੈਂ ਇਹ ਗੱਲ ਤੁਹਾਨੂੰ ਦੱਸਣ ਜਾ ਰਿਹਾ, ਸਭ ਤੋਂ ਪਹਿਲਾਂ ਤਾਂ ਜਿਹੜੀ ਮੈਨੂੰ ਤੁਸੀਂ ਕਹਿ ਰਹੇ ਹੋ ਜਿੱਤ ਦੀ, ਉਹ ਮੇਰੀ ਜਿੱਤ ਦੀ ਖੁਸ਼ੀ ਨਹੀਂ ਹੋਏਗੀ। ਅੱਛਾ, ਲੋਕਾਂ ਦੀ? ਉਹ ਤਾਂ ਜਨਤਾ ਦੀ, ਮੇਰੇ ਵੋਟਰਾਂ ਦੀ, ਮੇਰੀ ਗਰੀਬ ਜਨਤਾ ਦੀ, ਜਿਹੜੇ ਮੇਰੇ ਗਰੀਬ ਵੋਟਰ ਨੇ ਉਹਨਾਂ ਦੀ ਜਿੱਤ ਹੋਏਗੀ, ਸਭ ਤੋਂ ਵੱਡਾ ਹੱਥ ਉਹਨਾਂ ਦਾ ਹੋਏਗਾ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਹਾਂ ਉੱਥੇ ਮੈਨੂੰ ਜਾਣਾ ਪਏਗਾ, ਕਿਉਂਕਿ ਮੇਰੀ ਜਨਤਾ ਮੈਨੂੰ ਜਿਤਾ ਕੇ ਭੇਜੇਗੀ, ਤਾਂ ਉੱਥੇ ਜਾਣਾ ਮੇਰਾ ਫਰਜ਼ ਹੈ। ਤਾਂ ਠੀਕ ਹੈ, ਜਿਹੜੇ ਵੱਡੇ ਲੀਡਰਾਂ ਨਾਲ ਮਿਲਾਂਗੇ, ਉਹਨਾਂ ਨਾਲ ਮਿਲਣਾ ਵੀ ਅੱਛਾ ਲੱਗੇਗਾ, ਮਿਲਾ ਜੁਲਾਂਗੇ ਉਹਨਾਂ ਨਾਲ। ਤਾਂ ਮੌਜੂਦਾ ਸਰਕਾਰ ਦੇ ਨਾਲ ਹੱਥ ਮਿਲਾ ਕੇ ਚੱਲੋਗੇ ਨਾ, ਤਾਂ ਹੀ ਤੁਹਾਨੂੰ ਤੁਹਾਡੇ ਇਲਾਕੇ ਦਾ ਕੰਮ ਹੋਏਗਾ। ਐਡਾ ਬੜਾ ਇਲਾਕਾ ਨਾਭਾ, ਡੇਰਾ ਬਸੀ, ਦੇਖੋ ਕਿੱਥੇ ਕਿੱਥੇ ਤੱਕ, ਤ੍ਰਿਪੜੀ ਤ੍ਰਿਪੜੀ ਜਾ ਕੇ ਆਏ ਹੋਗੇ ਨਹੀਂ, ਆਪਣੇ ਲੋਕ ਬੈਠੇ ਉੱਥੇ ਤ੍ਰਿਪੜੀ ਲਾਲੜੂ? ਹਾਂਜੀ ਸੰਦੀਪ ਜੀ, ਮੈਂ ਤ੍ਰਿਪੜੀ ਵੀ ਜਾ ਆਇਆ, ਲਾਲੜੂ ਅਜੇ ਨਹੀਂ ਗਿਆ ਹੈਗਾ। ਉੱਥੇ ਵੀ ਸਾਡਾ, ਮੇਰੇ ਖਿਆਲ ਕੱਲ੍ਹ ਦਾ ਸਾਡਾ ਜਿਹੜਾ ਇੱਥੇ ਦਾ ਲੋਕਲ ਪ੍ਰੋਗਰਾਮ ਹੈ, ਉਸ ਤੋਂ ਬਾਅਦ ਅਸੀਂ ਜਿਹੜੇ ਆਪਣਾ ਪ੍ਰਚਾਰ ਹੋਰ ਤੇਜ਼ ਕਰ ਦਾਂਗੇ। ਸਮਰਥਕਾਂ ਨੂੰ ਬੁਲਾ ਰਹੇ ਹੋ ਸੁਨੇਹੇ ਆਪਣੇ? ਹਾਂਜੀ ਹਾਂ, ਸਮਰਥਕਾਂ ਨੂੰ ਅਸੀਂ ਨਹੀਂ ਬੁਲਾ ਰਹੇ ਜੀ, ਸਮਰਥਕਾਂ ਦੇ ਖੁਦ ਸਾਡੇ ਕੋਲ ਫੋਨ ਆ ਰਹੇ ਨੇ। ਅੱਛਾ ਸੰਦੀਪ ਜੀ, ਇੱਕ ਗੱਲ ਹੋਰ ਕਹਿਣਾ, ਕੱਲ ਭਾਵੇਂ ਕੋਈ ਵੱਡਾ ਇਕੱਠ ਹੋਵੇ ਜਾਂ ਨਾ ਹੋਵੇ, ਚਾਹੇ ਛੋਟਾ ਇਕੱਠ ਹੋਵੇ, ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ, ਉੱਥੇ ਜਿਹੜਾ ਇਕੱਠ ਹੋਊਗਾ ਨਾ, ਉਹ ਇਹ ਇਕੱਠ ਨਹੀਂ ਹੋਊਗਾ ਜੀ ਅੱਜ ਮੈਂ ਇੱਕ ਪਾਰਟੀ ਵਾਲਿਆਂ ਨੇ ਆਪਣੇ ਇੱਕ ਬੰਦੇ ਨੂੰ ਸੁਨੇਹਾ ਲਾਤਾ ਜੀ ਅੱਜ ਤੁਸੀਂ 4 ਗੱਡੀਆਂ ਲੈ ਕੇ ਆਉਣੀਆਂ ਜੀ, ਆਪਣਾ ਰੋਡ ਸ਼ੋਅ ਹੈ ਜਾਂ ਆਪਣਾ ਪ੍ਰੋਗਰਾਮ ਹੈ, ਅੱਜ ਤੁਸੀਂ 20 ਬੰਦੇ ਲੈ ਕੇ ਆਉਣੇ ਜੀ। ਮੇਰਾ ਇਹੋ ਜਿਹਾ ਕੋਈ ਵੀ ਕਿਸੇ ਨਾਲ ਸਮਝੌਤਾ ਨਹੀਂ ਹੈ ਕਿ ਮੈਂ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ 2 ਗੱਡੀਆਂ ਲੈ ਕੇ ਆਓ ਜੀ, ਤੁਸੀਂ 10 ਬੰਦੇ ਲੈ ਕੇ ਆਓ ਜੀ, ਤੁਸੀਂ 20 ਬੰਦੇ ਲੈ ਕੇ ਆਓ। ਮੇਰੇ ਕੋਲ ਤਾਂ, ਮੈਂ ਸਿਰਫ ਜਨਤਾ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਮੇਰੇ ਵੋਟਰ ਹੈ ਅਤੇ ਮੇਰੇ ਸਪੋਰਟਰ ਹੈ ਉਹ ਮੇਰੇ ਕੋਲ ਜ਼ਰੂਰ ਆਉਣਾ, ਕੱਲ ਮੇਰਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹਦੇ ਵਿੱਚ ਤੁਸੀਂ ਆ ਕੇ ਮੈਨੂੰ ਸਮਰਥਨ ਦੇਣਾ, ਔਰ ਉਹ ਤੁਸੀਂ ਕੱਲ੍ਹ ਦੇਖ ਲੈਣਾ, ਜਿਹੜੀ ਵੀ ਪਬਲਿਕ ਕੱਲ੍ਹ ਆਊਗੀ ਉਹ ਆਪਣੀ ਮਰਜ਼ੀ ਨਾਲ ਆਏਗੀ, ਕਿਸੇ 'ਤੇ ਕੋਈ ਦਬਾਅ ਨਹੀਂ ਹੈ। ਮੈਂ ਹੁਣ ਵੀ ਤੁਹਾਡੇ ਨਿਊਜ਼ ਰਾਹੀਂ, ਚੈਨਲ ਰਾਹੀਂ ਇਹ ਕਹਿਣਾ ਚਾਹੂੰਗਾ ਕਿ ਸਾਡੇ ਵੱਲੋਂ ਕਿਸੇ 'ਤੇ ਕੋਈ ਦਬਾਅ ਨਹੀਂ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ 'ਚ ਆਓ, ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਪਹਿਲੇ ਤੁਸੀਂ ਆਪਣਾ ਕੰਮ ਕਰੋ, ਬਸ ਸਾਡੀ ਤੁਹਾਡੇ ਅੱਗੇ ਹੱਥ ਜੋੜ ਕੇ ਸਿਰਫ ਇਹੀ ਬੇਨਤੀ ਹੈ ਕਿ ਆਉਣ ਵਾਲੀ 4 ਜੂਨ ਨੂੰ, 1 ਜੂਨ ਨੂੰ ਚਾਹੇ ਤੁਸੀਂ ਮੇਰੇ ਕਹੇ 'ਤੇ ਛੁੱਟੀ ਕਰ ਲਿਓ, ਆਪਣੇ ਕੰਮ ਕਾਰ ਛੱਡ ਕੇ ਮੈਨੂੰ ਵੋਟ ਜ਼ਰੂਰ ਕਰਨਾ। ਅੱਛਾ, ਉਸ ਤੋਂ ਪਹਿਲਾਂ ਮੈਂ ਕਿਸੇ ਵੀ ਆਪਣੇ ਵੋਟਰ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰ ਰਿਹਾ ਕਿ ਮੇਰੇ ਕੋਲ ਆਓ ਜੀ, ਮੇਰੀ ਸਪੋਰਟ ਕਰੋ ਜੀ, ਬਸ ਤੁਸੀਂ ਮੇਰੀ ਸਪੋਰਟ ਕਰੋ, ਮੇਰੇ ਲਈ ਇਹੀ ਬਹੁਤ ਹੋਏਗਾ। ਨਹੀਂ, ਮੈਨੂੰ ਇੱਕ ਗੱਲ ਦਾ ਹੋਰ ਜਵਾਬ ਦਿਓ, ਇੱਕ ਕਮੈਂਟ ਪੜਿਆ ਸੀ ਮੈਂ ਆਪਣੇ ਫੋਟੋ ਦੇ ਥੱਲੇ, ਬੰਦਾ ਲਿਖ ਰਿਹਾ ਕਿ ਇਹ ਤਾਂ ਸਾਡੇ 15 ਨੰਬਰ ਵਾਰਡ ਦੇ ਕੰਮ ਵੀ ਬੰਦ ਕਰਾ ਦੇਗਾ ਜੋ ਇਹਦੇ ਹਾਲਾਤ ਚੱਲ ਰਹੇ ਹੈ। ਪ੍ਰਦੀਪ ਜੀ, ਉਹ ਮੇਰਾ ਜਿਸ ਬੰਦੇ ਨੇ ਤੁਹਾਨੂੰ ਇਹ ਕਮੈਂਟ ਕੀਤਾ ਸੀ ਨਾ, ਉਹ ਮੇਰੇ ਪੜੋਸ 'ਚ ਹੀ ਹੈ, ਚੰਗਾ ਵਾਲਾ ਕੰਮ ਚੱਲ ਰਿਹਾ ਹੈ, ਇਹਨੇ ਨਵਾਂ ਸ਼ੋਸ਼ਾ ਛੇੜਤਾ, ਮੇਰੇ ਪੜੋਸ 'ਚ ਹੀ ਹੈ। ਚਲੋ ਕਈ ਵਾਰ ਕਿਆ ਹੁੰਦਾ ਕਿ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਹੈ, ਮਹੱਲੇ ਵਾਲਿਆਂ ਨੂੰ ਲੱਗ ਜਾਂਦਾ। ਮੈਨੂੰ ਲੱਗਦਾ ਨਹੀਂ ਕਿ ਮੈਡਮ ਵੀ ਕੰਮ ਬੰਦ ਕਰਨਗੇ। ਇਸੇ ਬਾਅਦ ਕੰਮ ਸ਼ੁਰੂ ਹੋਏ ਆ ਕਲੋਨੀਆਂ ਦੇ ਵੀ ਹੁਣ ਹੋ ਰਹੇ ਨੇ, ਸ਼ਾਇਦ ਨੰਨਾ ਕਲੋਨੀ ਦਾ ਇਹ ਖੜਾ ਹੋ ਰਿਹਾ ਤੇ ਕੰਮ ਬੰਦ ਹੋ ਜਾਣਗੇ।
ਪਰ ਜਿੱਥੋਂ ਤੱਕ ਸੰਦੀਪ ਜੀ ਮੇਰਾ ਸਵਾਲ ਹੈ ਕਿ ਮੈਨੂੰ ਇਹੋ ਜਿਹੀ ਕੋਈ 1% ਵੀ ਉਮੀਦ ਨਹੀਂ ਹੈ ਕਿ ਕੰਮ ਬੰਦ ਹੋਣਗੇ, ਕਿਉਂਕਿ ਸਾਡੇ MLA ਮੈਡਮ ਬਿਨਾਂ ਪੱਖਪਾਤ ਤੋਂ ਕੰਮ ਕਰ ਰਹੇ ਨੇ, ਜਿਵੇਂ ਉਹ ਆਪਣਾ ਬਿਆਨ ਦਿੰਦੇ ਨੇ ਕਿ ਅਸੀਂ ਬਿਨਾਂ ਪੱਖਪਾਤ ਤੋਂ ਕੰਮ ਕਰ ਰਹੇ ਹਾਂ, ਤਾਂ ਮੈਂ ਵੀ ਉਹਨਾਂ ਨਾਲ ਸਹਿਮਤ ਹਾਂ ਕਿ ਉਹ ਬਿਨਾਂ ਪੱਖਪਾਤ ਤੋਂ ਕੰਮ ਕਰ ਰਹੇ ਨੇ, ਔਰ ਮੈਨੂੰ ਪੂਰੀ ਉਮੀਦ ਹੈ ਕਿ ਕੰਮ ਚੱਲਦੇ ਰਹਿਣਗੇ ਤੇ ਮੇਰੇ ਚੋਣ ਲੜਨ ਨਾਲ ਕੋਈ ਕੰਮ ਬੰਦ ਨਹੀਂ ਹੋਊਗਾ। ਜਿੱਤਣ ਤੋਂ ਬਾਅਦ ਜਾਓਗੇ ਮੈਡਮ ਨੂੰ ਮਿਲਣ? ਜੀ ਹਾਂ ਜਾਵਾਂਗੇ, ਉਹ ਤਾਂ ਵਿਧਾਇਕ ਰਹਿਣਗੇ ਤੁਸੀਂ MP ਬਣ ਕੇ। ਮੈਨੂੰ ਜਨਤਾ ਨੇ ਵਾਕੇ ਫਤਵਾ ਦਿੱਤਾ ਤਾਂ ਮੈਂ ਸਭ ਤੋਂ ਪਹਿਲਾਂ MLA ਮੈਡਮ ਦਾ ਆਸ਼ੀਰਵਾਦ ਲੈਣ ਜਾਵਾਂਗਾ। ਦੂਜਾ ਆਸ਼ੀਰਵਾਦ ਕਿਸ ਤੋਂ ਲਓਗੇ? ਦੂਜਾ ਆਪਣੇ ਸਾਬਕਾ MLA ਕੋਲ ਵੀ ਚਲੇ ਜਾਵਾਂਗੇ ਜੀ, ਹੋਰ ਆਪਣਾ ਹਰਦਿਆਲ ਜੀ ਕੋਲ। ਹਾਂਜੀ, ਉਹ ਵੀ ਆਪਣੇ MLA ਨੇ, ਗਰੇਵਾਲ ਜੀ ਵੀ ਹੈ, ਜਗਦੀਸ਼ ਕੁਮਾਰ ਜੱਗਾ ਨੂੰ ਮਿਲਿਓ। ਹਾਂ ਜੀ, ਮੈਂ ਸਾਰਿਆਂ ਨੂੰ ਮਿਲੂੰਗਾ, ਜੱਗਾ ਜੀ ਨੂੰ ਵੀ ਮਿਲੂੰਗਾ, ਉਹਨਾਂ ਦਾ ਵੀ ਆਸ਼ੀਰਵਾਦ ਲਊਂਗਾ। ਕਿਹਾ ਜੱਗਾ ਜੀ ਤੁਹਾਨੂੰ ਕਹਿ ਦੇਣ ਵੀ ਸ਼ਾਇਦ ਜੱਗਾ ਜੀ ਕਹਿ ਦੇਣ ਵੀ ਚੱਲ ਆਪਣੀ ਬਰਾਦਰੀ ਦੇ ਹੈ ਤਾਂ ਸ਼ਾਇਦ ਵੀ ਚਲੋ ਆਪਾਂ ਐਂ ਕਰਦੇ ਹਾਂ ਵੀ ਇਹਨਾਂ ਦਾ ਸਾਥ ਦੇ ਦਈਏ। ਅੰਦਰੂਨੀ ਤੁਹਾਨੂੰ ਕਿਸੇ ਨੇ ਸਾਥ ਦਿੱਤਾ? ਅੰਦਰੂਨੀ ਮਤਲਬ ਚਲੋ ਵੈਸੇ ਗੱਲ ਦੱਸਣੀ ਤਾਂ ਕੈਮਰੇ ਅੱਗੇ ਬੜੀ ਔਖੀ ਹੈ, ਗੱਲਾਂ ਤਾਂ ਤੁਹਾਡੀਆਂ ਚੱਲ ਰਹੀਆਂ ਹੋਣੀਆਂ ਅੰਦਰੋਂ ਅੰਦਰੋਂ ਵੀ ਸ਼ਾਇਦ ਕੰਬੋਜ ਸਾਹਿਬ ਨਾਲ ਗੱਲ ਹੋਈ ਹੋਵੇ ਅੰਦਰੋਂ ਅੰਦਰ ਹੀ ਵੀ ਸਾਨੂੰ ਸਮਰਥਨ ਦਿਓ, ਜੱਗਾ ਜੀ ਨਾਲ ਹੋਈ ਹੋਵੇ। ਦੇਖੋ ਸੰਦੀਪ ਜੀ, ਮੇਰਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੈ, ਮੈਂ ਚੁਣਾਵ ਜਨਤਾ ਦੇ ਬਲਬੂਤੇ 'ਤੇ ਲੜ ਰਿਹਾ ਔਰ ਜਨਤਾ ਹੀ ਮੇਰਾ ਸਾਥ ਦੇ ਰਹੀ ਹੈ ਔਰ ਮੈਨੂੰ 101% ਹੈ। ਕਹਿੰਦੇ ਪੱਤਰਕਾਰ ਵੀ ਪੈਸੇ ਦੇ ਰਹੇ ਤੁਹਾਨੂੰ? ਹਾਂਜੀ, ਪਹਿਲੀ ਵਾਰ ਸੁਣਿਆ ਮੈਂ ਤਾਂ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਮੈਨੂੰ ਜਿਹੜੀ ਮੇਰੀ ਹੈਲਪ ਹੈ, ਮੇਰੇ ਪੱਤਰਕਾਰ ਭਰਾ ਮੇਰੀ ਹੈਲਪ ਕਰ ਰਹੇ ਨੇ। ਅੱਛਾ, ਮਤਲਬ ਵੈਸੇ ਪੈਸੇ ਵੀ ਹੈਲਪ ਕਰ ਰਹੇ ਤੇ ਉਹ ਵੀ ਪੈਸੇ ਨਹੀਂ, ਫਾਈਨੈਂਸ਼ੀਅਲ ਹੈਲਪ ਵੀ ਹੋ ਰਹੀ ਹੈ ਤੇ ਵੈਸੇ ਵੀ ਮੇਰੀ ਪੂਰੀ ਸਪੋਰਟ। ਟਾਈਮ ਸਾਰਿਆਂ ਨੂੰ ਦਿਓ, ਥੋੜਾ ਥੋੜਾ ਟਾਈਮ ਸਾਰਿਆਂ ਨੂੰ ਦਿਓ, ਕਹਿੰਦੇ ਅੱਜ ਕੱਲ ਟਾਈਮ ਹੈ ਨਹੀਂ। ਮੈਂ ਤਾਂ ਇਹ ਕਹੂੰਗਾ ਸੰਦੀਪ ਜੀ, ਮੇਰੇ ਕੋਲ ਸਭ ਸਾਰਿਆਂ ਵਾਸਤੇ ਮੈਨੂੰ ਮਿਲਣ ਵਾਸਤੇ ਖੁੱਲ੍ਹਾ ਸੱਦਾ ਹੈ, ਮੈਨੂੰ ਤਾਂ ਜਿਸ ਟਾਈਮ ਮਰਜ਼ੀ ਫੋਨ ਕਰੋ, ਜਦੋਂ ਮਰਜ਼ੀ ਮੇਰੇ ਕੋਲ ਆ ਜਾਓ, ਜਦੋਂ ਮਰਜ਼ੀ ਮੈਨੂੰ ਬੁਲਾ ਲਓ। ਮੈਂ ਤਾਂ ਇਨਸਾਨ ਹਾਂ, ਮੈਂ ਤਾਂ ਜਿੱਤਣ ਤੋਂ ਬਾਅਦ ਵੀ ਤੁਹਾਨੂੰ ਇੱਕ ਗੱਲ ਕਹਿਣਾ, ਜੇ ਮੈਂ ਜਿੱਤ ਜਾਂਦਾ ਤਾਂ ਮੈਂ ਤਾਂ ਆਪਣੇ ਛੋਟੇ ਜਿਹੇ ਘਰ 'ਚ ਜਦੋਂ ਮਰਜ਼ੀ। ਇੱਕ ਹੋਰ ਗੱਲ ਕਹਾਂ ਸੰਦੀਪ ਜੀ, ਬਿਲਕੁਲ ਬਿਲਕੁਲ, ਸਰਕਾਰ ਕਹਿੰਦੀ ਆਪ ਸਰਕਾਰ ਆਪਕੇ ਦੁਆਰ, ਏਦਾਂ ਦਾ ਹੀ ਕੁਝ ਕੱਢਿਆ ਸੀ ਸ਼ਾਇਦ, ਮੈਂ ਥੋੜਾ ਜਿਹਾ ਬੋਲਣ 'ਚ ਉਹ ਕਰ ਰਿਹਾ ਹੈਨਾ। ਸੰਦੀਪ ਜੀ, ਇੱਕ ਗੱਲ ਮੈਂ ਇਸ ਕਰਕੇ ਕਹੀ ਹੈ, ਆਪਕੀ ਸਰਕਾਰ ਆਪਕੇ ਦੁਆਰ, ਉਹ 40-41 ਜਿਹੜੇ ਉਹ ਸਕੀਮਾਂ ਜਿਹੀਆਂ ਇਹਨਾਂ ਨੇ ਆਪਣੇ ਹਰ ਹਰ ਪਿੰਡ ਵਿੱਚ, ਹਰ ਹਰ ਮੁਹੱਲੇ, ਗਲੀ ਮੁਹੱਲੇ 'ਚ ਇਹਨਾਂ ਨੇ ਕੈਂਪ ਲਗਾਏ ਹੈ, ਠੀਕ ਹੈ, ਵਧੀਆ, ਬਹੁਤ ਵਧੀਆ। ਉਹ ਫਿਰ ਕਿਆ ਹੁੰਦਾ ਜੀ, ਮੰਨ ਲਓ ਇੱਕ ਇਨਸਾਨ ਨੇ ਆਪਣਾ ਰਾਸ਼ਨ ਕਾਰਡ ਬਣਵਾਉਣਾ ਹੈ, ਅੱਜ ਕੈਂਪ ਲੱਗ ਗਿਆ ਉਹਦੇ ਮੁਹੱਲੇ 'ਚ, ਉਹ ਕਹਿੰਦੇ ਆ ਜੀ 10 ਵਜੇ ਤੋਂ ਲੈ ਕੇ 11 ਵਜੇ ਤੱਕ ਜਾਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਤੁਹਾਡੇ ਮੁਹੱਲੇ 'ਚ ਕੈਂਪ ਲੱਗੇਗਾ ਜੀ, ਤੁਹਾਨੂੰ ਇਹ 41 ਸੇਵਾਵਾਂ ਦਿੱਤੀਆਂ ਜਾ ਰਹੀਆਂ, ਤੁਸੀਂ ਆਪਣੇ ਘਰ ਬੈਠੇ ਕੰਮ ਕਰਾਓ। ਹੁਣ ਇੱਕ ਇਨਸਾਨ ਨੇ ਰਾਸ਼ਨ ਕਾਰਡ ਬਣਵਾਉਣਾ, ਉਹ 10 ਵਜੇ ਉੱਥੇ ਜਾਊਗਾ, ਉੱਥੇ ਰਸ਼ ਹੋਊਗਾ, ਲਾਈਨਾਂ ਲੱਗੀਆਂ ਹੋਣਗੀਆਂ, ਫਾਰਮ ਮਿਲੂਗਾ, ਫਾਰਮ ਭਰਨਗੇ ਉਹ, ਫਿਰ ਕਿਆ ਕੀ ਕਹਿੰਦੇ ਨੇ, ਇਹ ਫਾਰਮ ਭਰਤਾ ਤੁਹਾਡਾ, ਤੁਸੀਂ ਜਾਓ EO ਤੋਂ ਸਾਈਨ ਕਰਾ ਕੇ ਲਿਆਓ, ਜੇ ਪਿੰਡ 'ਚੋਂ ਪਟਵਾਰੀ ਤੋਂ ਸਾਈਨ ਕਰਾ ਕੇ ਲਿਆਓ, ਫਿਰ MC ਤੋਂ ਸਾਈਨ ਕਰਾ ਕੇ ਲਿਆਓ, 2 ਘੰਟੇ ਖਤਮ, ਉਹ ਜਿਹਨਾਂ ਨੂੰ ਆਉਂਦਾ ਕੈਂਪ ਖਤਮ ਹੋ ਗਿਆ ਹੁੰਦਾ, ਕੰਮ ਰੁੱਲ ਗਿਆ। ਅੱਛਾ, ਰੁੱਲ ਗਿਆ, ਬਿਲਕੁਲ ਬਿਲਕੁਲ, ਜੇ ਜਨਤਾ ਨੇ ਮੈਨੂੰ ਫਤਵਾ ਦਿੱਤਾ ਨਾ, ਮੈਨੂੰ ਫਤਵਾ ਦਿੱਤਾ ਜਨਤਾ ਦੇ ਘਰ ਜਾ ਕੇ, ਇਹ ਨਹੀਂ ਹੈ ਕੈਂਪ ਲੱਗਿਆ ਤੁਹਾਡੇ ਮੁਹੱਲੇ 'ਚ,
ਕੈਂਪ ਤੱਕ ਵੀ ਨਹੀਂ ਆਣ ਦੇਣਾ ਸੀ। ਨਹੀਂ ਕਹਿੰਦੇ ਸਾਰੇ ਇਸ ਤਰ੍ਹਾਂ ਹੀ ਹੈ ਸੰਦੀਪ ਜੀ, ਸਾਰੇ ਕਹਿੰਦੇ ਇਸ ਤਰ੍ਹਾਂ। ਸੰਦੀਪ ਜੀ ਜੇ ਪਤਾ ਕੀ ਚੱਕਰ ਹੈ, ਜੇ ਮੈਨੂੰ ਇਹ ਮੈਂ ਤੁਹਾਨੂੰ ਦੱਸਾਂ, ਮੇਰੀ ਗੱਲ ਸੁਣੋ ਪਹਿਲੇ, ਮੇਰੀ ਵੀ ਇੱਕ ਗੱਲ ਸੁਣੋ। ਹਰੇਕ ਕੋਈ ਆ ਕੇ ਨਾ ਪਹਿਲਾਂ ਸਟੂਡੀਓ ਦੇ ਵਿੱਚ ਜਿੱਤਣ ਤੋਂ ਪਹਿਲਾਂ ਗੱਲਾਂ ਇਹੋ ਜਿਹੀ ਜਿਹੀ ਕਰਦਾ ਹੈ, ਮੈਂ ਵੀ ਜਾਊਂਗਾ, ਮੈਂ ਵੀ ਇਸ ਤਰ੍ਹਾਂ ਕਰੂੰਗਾ, ਕਰਦਾ ਕੋਈ ਵੀ ਨਹੀਂ। ਮੇਰੀ ਗੱਲ ਸੁਣ, ਇਹ ਗੱਲਾਂ ਕਰਨ ਦਾ ਕੰਮ ਲੀਡਰਾਂ ਦਾ ਹੈ। ਮੈਂ ਤੁਹਾਨੂੰ ਤਾਂ ਬਣ ਜਾਓਗੇ ਜਿੱਤਣ ਤੋਂ ਬਾਅਦ। ਮੇਰੀ ਗੱਲ ਸੁਣੋ, ਮੈਂ ਨਾ ਕੁਰਸੀ ਬੜੀ ਕਹਿੰਦੇ ਬਿਲਕੁਲ ਨਹੀਂ ਸੰਦੀਪ ਜੀ, ਮੈਂ ਬਿਲਕੁਲ ਸੰਦੀਪ ਜੀ ਮੇਰੀ ਗੱਲ, ਬਗੈਰ ਦਾਰੂ ਦੇ ਨਸ਼ਾ, ਪਹਿਲਾਂ ਮੇਰੀ ਗੱਲ ਸੁਣ ਲਓ ਤੁਸੀਂ ਧਿਆਨ ਨਾਲ, ਮੇਰੀ ਗੱਲ ਸੁਣ ਲਓ। ਹਾਂਜੀ ਹਾਂਜੀ, ਜਿੱਦਣ ਮੈਂ ਜਿੱਤ ਗਿਆ ਲੋਕਾਂ ਦੇ ਕੰਮ, ਲੋਕਾਂ ਦੇ ਘਰ ਅੱਛਾ ਫੋਨ ਕਰੋ, ਅਸੀਂ ਫੋਨ ਨੰਬਰ ਜਾਰੀ ਕਰਾਂਗੇ। ਇਹ ਨਹੀਂ ਹੈ 72 ਘੰਟੇ ਤੇ ਤੁਹਾਡਾ ਕੰਮ ਸੋਲਵ ਹੋਏਗਾ, ਨਹੀਂ, ਮੈਂ ਆਪਣਾ ਨੰਬਰ ਦਊਂਗਾ ਸਿੱਧਾ ਐਮਪੀ ਨੂੰ, ਫੋਨ ਕਰੋ ਸਿੱਧਾ, ਮੇਰੇ ਪੀਏ ਨੂੰ ਨਹੀਂ, ਸਿੱਧਾ ਐਮਪੀ ਨੂੰ, ਮੇਰੇ ਕਿਸੇ ਨੂੰ ਮਿਲਣ ਦੀ ਲੋੜ ਨਹੀਂ ਹੈ, ਸਿੱਧਾ ਡਾਇਰੈਕਟ ਫੋਨ ਨੰਬਰ ਹੋਏਗਾ ਜੀ, ਮੈਨੂੰ ਬੁਲਾਉਂਗੇ, ਮੈਂ ਆਊਂਗਾ, ਜਨਤਾ ਇਕੱਠੀ ਕਰ ਲੈਣਾ। ਮੈਂ ਕਹਿੰਦਾ ਸੰਦੀਪ ਜੀ ਉਹ ਕੰਮ ਖਤਮ ਹੋ ਗਏ ਹੁਣ, ਜੇ ਜਨਤਾ ਨੇ ਮੈਨੂੰ ਜ਼ਿੰਮੇਵਾਰੀ ਦੇਤੀ ਨਾ, ਉਹ ਗਨਮੈਨਾਂ ਵਾਲੇ ਕੰਮ ਖਤਮ, ਜਨਤਾ ਸਿੱਧਾ ਆਏਗੀ, ਗਨਮੈਨ ਦੀ ਹਿੰਮਤ ਨਹੀਂ ਹੋਏਗੀ ਕਿ ਉਹ ਰੋਕ ਲਵੇ। ਨਹੀਂ ਉਹ ਤਾਂ ਪ੍ਰੋਟੋਕੋਲ ਹੁੰਦਾ ਨਾ, ਉਹ ਤਾਂ ਤੁਹਾਨੂੰ ਨੇੜੇ ਲੱਗਣ ਦੇਣ ਕਿਸੇ ਨੂੰ। ਸੰਦੀਪ ਜੀ ਮੇਰੀ ਗੱਲ, ਸੰਦੀਪ ਜੀ ਮੇਰੀ ਗੱਲ ਸੁਣੋ, ਇੱਕ ਲੀਡਰ ਆ ਕੇ, ਇੱਕ ਮੇਰੇ ਬਰਾਬਰ ਦਾ ਲੀਡਰ ਆ ਕੇ ਜੇ ਉਹ ਮੈਨੂੰ ਪ੍ਰੋਟੋਕੋਲ ਦਾ ਬੋਲਣ ਦਾ ਮੌਕਾ ਦੇ, ਅੱਗੇ ਜਿਪਸੀ ਪਿੱਛੇ ਜਿਪਸੀ, ਵਿੱਚ ਨੰਨਾ ਜੀ ਦੀ ਗੱਡੀ ਆ ਗਿਆ, ਨੰਨਾ ਛਾ ਗਿਆ, ਸੰਦੀਪ ਜੀ ਗੱਡੀ 'ਚ ਤਾਂ ਉਤਰਾਂਗੇ, ਹਾਂ ਹਾਂ ਗੱਡੀ 'ਚੋਂ ਉਤਰ ਕੇ ਮਿਲ ਕੇ ਆਵਾਂਗੇ, ਮਿਲ ਕੇ ਆਵਾਂਗੇ, ਲੋਕ ਮੈਨੂੰ ਫੋਨ ਕਰਨਗੇ ਜੀ ਸਾਡਾ ਰਾਸ਼ਨ ਕਾਰਡ, ਮੈਂ ਇੱਕ ਵੈਸੇ ਰਾਸ਼ਨ ਕਾਰਡ ਦਾ ਨਾਮ ਲੈ ਰਿਹਾ ਪਰ ਮੈਂ ਸਭ। ਅੱਛਾ ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਲੋਕ ਤਾਂ ਜਾਣਨਾ ਚਾਹੁੰਦੇ ਆ ਤੁਸੀਂ ਸਾਡੇ ਸਟੂਡੀਓ 'ਚ ਕਿਸ ਤਰ੍ਹਾਂ ਲੇਟ ਆਏ ਹੋ, ਹੁਣ ਟਾਈਮ ਤਾਂ ਕੀ ਸੀਗਾ ਜੀ? ਮੈਂ ਹੁਣ ਤੁਹਾਨੂੰ ਇਹ ਵੀ ਸੱਚਾਈ ਦਿੰਦਾ, ਮੈਂ ਸੱਚੀ ਦੱਸੋ ਕੀ ਹੋਇਆ ਰਸਤੇ 'ਚ? ਮੈਂ ਆ ਰਿਹਾ ਸੀਗਾ ਤੁਹਾਡਾ ਸਟੂਡੀਓ, ਪਹਿਲਾਂ ਤਾਂ ਮੈਨੂੰ ਲੱਭਿਆ ਨਹੀਂ ਗਾ, ਤੁਸੀਂ ਮੈਨੂੰ ਦੱਸਿਆ, ਉਹ ਮੈਂ ਈਗਲ ਮੋਟਲ ਦੇ ਬਾਹਰ ਆਪਣੇ ਰਾਜਪੁਰੇ ਦਾ ਮਸ਼ਹੂਰ ਈਗਲ ਮੋਟਲ ਤੇ ਆ ਰਹੇ ਸੀ ਤੁਸੀਂ, ਤੇ ਮੈਂ ਐਕਟੀਵਾ ਤੇ ਆ ਰਿਹਾ ਸੀਗਾ, ਤੇ ਮੈਂ ਕਿਹੜੀ ਐਕਟੀਵਾ ਤੁਹਾਡੇ ਕੋਲ? ਉਹ ਮੇਰੇ ਕੋਲ ਤਾਂ ਚਾਰਜਿੰਗ ਵਾਲੀ ਐਕਟੀਵਾ ਜੀ। ਅੱਛਾ ਜੀ, ਹਾਂਜੀ, ਆਪਾਂ ਸ਼ੁਰੂ ਤੋਂ ਹੀ ਲੱਗੇ, ਆਪਾਂ ਤੇਲ ਪਵਾਉਣ ਜੋਗੇ ਵੀ ਹੈ ਨਹੀਂ ਗਏ, ਸਿੱਧੀ ਜੀ ਗੱਲ। ਅੱਛਾ ਚਲੋ, ਹੈ ਨਾ, ਫਿਰ ਕੀ ਹੋਇਆ? ਉਹ ਮੈਂ ਤੁਹਾਨੂੰ ਫੋਨ ਕਰਨ ਲੱਗਿਆ ਵੀ ਸੰਦੀਪ ਜੀ ਕਿੱਥੇ ਆਪਣਾ ਸਟੂਡੀਓ, ਹਾਂ ਹਾਂ, ਤੇ ਉਹ ਬੰਦ ਕੀਤੀ ਐਕਟੀਵਾ, ਦੁਬਾਰਾ ਓਨ ਨਹੀਂ ਹੋਈਗੀ। ਅੱਛਾ, ਤਾਂ ਮੈਂ ਘੰਟਾ ਦਾ, ਅੱਧਾ ਘੰਟਾ ਆਪ ਹੀ ਮੱਥਾ ਮਾਰਦਾ ਰਹਿ ਗਿਆ, ਉਹ ਚਾਬੀਆਂ ਪਾਨੇ ਮੇਰੇ ਕੋਲ ਪਈ ਸੀ, ਮੈਂ ਖੋਲੀ ਉਹ ਸਾਰੀ, ਡਿੱਗੀ ਡੁੱਗੀ ਜੀ, ਤਾਰਾਂ ਤੁਰਾਂ ਨਹੀਂ ਪਾਟੇ, ਪਤਾ ਨਹੀਂ ਉਹ ਕਿਵੇਂ ਤੁੱਕੇ ਨਾਲ ਸਟਾਰਟ ਹੋ ਗਈ ਫਿਰ, ਤੇ ਤਾਂ ਮੈਂ ਲੇਟ ਹੋ ਗਿਆ। ਤੁਸੀਂ ਦੇਖ ਰਹੇ ਹੋ, ਗੱਲਾਂ ਸੁਣ ਰਹੇ ਹੋ ਕਿ ਇਸ ਬੰਦੇ ਦੀ ਕਿਸ ਤਰ੍ਹਾਂ ਦੀ ਸੋਚ ਹੈ। ਸੋ ਜਿਤਨਾ ਨਾ ਜਿਤਨਾ ਉਹ ਪਰਮਾਤਮਾ ਦੇ ਉੱਪਰ ਹੈ, ਕੋਈ ਪਤਾ ਨਹੀਂ ਲੱਗਦਾ ਕਦ ਕਿਸੇ ਦੀ ਲੋਟਰੀ ਖੁੱਲ ਜਾਂਦੀ ਹੈ। ਜੇ ਬੰਦਾ ਕੋਈ ਲੋਟਰੀ ਪਾਉਂਦਾ, ਉਹ ਹਮੇਸ਼ਾ ਇਹੀ ਸੋਚ ਕੇ ਪਾਉਂਦਾ ਕਿ ਮੇਰੀ ਲੋਟਰੀ ਜ਼ਰੂਰ ਨਿਕਲੇਗੀ, ਨਹੀਂ ਤਾਂ ਕੋਈ ਪੈਸਾ ਬਰਬਾਦ ਨਹੀਂ ਕਰਦਾ, ਕਿਉਂਕਿ ਪੈਸਾ ਬਹੁਤ ਔਖਾ ਕਮਾਇਆ ਜਾਂਦਾ। ਲੇਕਿਨ ਕਈ ਵਾਰੀ ਕਿਸੇ ਗਰੀਬ ਆਦਮੀ ਦੀ ਲੋਟਰੀ ਨਿਕਲ ਜਾਂਦੀ ਹੈ ਅਤੇ ਉਹ ਦਿਨਾਂ 'ਚ ਕਰੋੜਪਤੀ ਹੋ ਜਾਂਦਾ, ਅਤੇ ਰਿਸ਼ਤੇਦਾਰ ਜਿਹੜੇ ਕਹਿੰਦੇ ਹੈ, ਮੂੰਹ ਵਟਾਉਂਦੇ ਹੈ, ਅਤੇ ਉਹ ਕਹਿੰਦੇ ਆ ਕਿ ਆ ਗਿਆ ਨੰਨਾ, ਛਾ ਗਿਆ ਨੰਨਾ। ਸੋ ਨੰਨਾ ਜੀ, ਤੁਹਾਨੂੰ ਸ਼ੁਭਕਾਮਨਾਵਾਂ ਹੈ ਮੇਰੀ, ਤੁਹਾਨੂੰ ਵੀ ਮੋਬਾਈਲ, ਤੇ ਲੇਕਿਨ ਸਾਨੂੰ ਪਹਿਚਾਣ ਜ਼ਰੂਰ ਜਾਈਓ ਜਦ ਜਿੱਤ ਜਾਓਗੇ, ਅਸੀਂ ਵੀ ਦੂਰੋਂ ਖੜ ਕੇ ਨਾ ਐਵੇਂ ਕਰਾਂਗੇ। ਜਦ ਲੋਕੀ, ਜਿਹੜੇ ਲੋਕ ਹੁਣ ਤੁਹਾਡੇ ਤੋਂ ਮੂੰਹ ਵਟਾ ਰਹੇ ਹੈ, ਡਰ ਰਹੇ ਹੈ, ਤੇ ਉਹ ਫਿਰ ਤੁਹਾਨੂੰ ਹਾਰ ਪਾਣਗੇ ਨਾ ਨੋਟਾਂ ਦੇ, ਤਾਂ ਅਸੀਂ ਵੀ ਦੂਰੋਂ ਖੜੇ ਇਸ ਤਰ੍ਹਾਂ ਕਰਾਂਗੇ। ਸੰਦੀਪ ਜੀ, ਇਹੋ ਜਿਹੀ ਨੌਬਤ ਆਪਾਂ ਆਣ ਨਹੀਂ ਦੇਣੀ ਜੀ, ਆਪਾਂ ਆਮ ਇਨਸਾਨ ਹਾਂ ਤੇ ਆਮ ਇਨਸਾਨ ਬਣ ਕੇ ਰਹਿਣਾ, ਤੇ ਚਾਹ ਸਾਡੀ ਤੁਸੀਂ ਖਰਾਬ ਕਰਤੀ। ਸੰਦੀਪ ਜੀ, ਬਸ ਹੁਣ ਮੈਂ ਤੁਹਾਡੇ ਨਿਊਜ਼ ਰਾਹੀਂ
ਜਨਤਾ ਨੂੰ ਇੱਕ ਅਪੀਲ ਕਰਨਾ ਚਾਹੂੰਗਾ। ਕਰੋ ਕਰੋ ਕਰੋ। ਮੇਰੀ ਲੋਕ ਸਭਾ ਹਲਕਾ ਪਟਿਆਲਾ ਦੀ ਸਾਰੀ ਜਨਤਾ ਨੂੰ ਅਪੀਲ ਹੈ ਕਿ ਪਾਰਟੀਵਾਦ ਤੋਂ ਉੱਪਰ ਉੱਠ ਕੇ ਤੁਸੀਂ ਹਰ ਕੋਈ ਨਾ ਕੋਈ ਪਾਰਟੀ ਦੇ ਨਾਲ ਜੁੜਿਆ ਹੋਇਆ, ਜੁੜੇ ਰਹੋ। ਮੈਂ ਇਹ ਨਹੀਂ ਕਹਿੰਦਾ ਇਹ ਦੰਦਾਂ ਨੂੰ ਕੀ ਦਿੱਕਤ ਹੋ ਗਈ ਸੀ, ਮੈਨੂੰ ਲੱਗ ਰਿਹਾ ਕੋਈ ਦਿੱਕਤ ਹੈ। ਸੰਦੀਪ ਜੀ, ਮੇਰਾ ਨਾ ਲੋਕਡਾਊਨ ਦੇ ਟਾਈਮ ਮੈਂ ਟੈਂਪੂ ਚਲਾਉਂਦਾ ਹੁੰਦਾ ਸੀ, ਬੈਂਟਰੀ ਵਾਲਾ ਹੀ, ਤੇ ਉਹ ਕਿਤੇ ਮੈਂ ਲੋਸਮਿੰਟਾਂ ਚੱਲਦੀਆਂ ਸੀਗੀਆਂ, ਉਸ ਟਾਈਮ ਮੈਂ ਲੋਸਮਿੰਟ ਕੀਤਾ ਸੀ, ਮੇਰਾ ਕੰਮ ਕਾਰ ਕੰਟੀਨ ਵਾਲਾ ਵੀ ਬੰਦ ਹੋ ਗਿਆ ਸੀਗਾ, ਤੇ ਉਹ ਪਲਟ ਗਿਆ ਸੀਗਾ, ਸੜਕ ਤੋਂ ਥੱਲੇ ਉਤਰ ਗਿਆ। ਪੈਸੇ ਪੂਸੇ ਪਾ ਰਹੇ ਲੋਕ ਖਾਲੀ? ਹਜੇ ਤੱਕ ਸੰਦੀਪ ਜੀ ਕੁਛ ਨਹੀਂ ਆਇਆ। ਨਹੀਂ, ਮੈਂ ਪੱਤਰਕਾਰ ਨਾਲ, ਹਾਂਜੀ ਹਾਂਜੀ, ਇੱਕ ਪੱਤਰਕਾਰ ਨੇ ਮੈਨੂੰ ਕੈਸ਼ ਜ਼ਰੂਰ ਦਿੱਤਾ, ਲੇਕਿਨ ਔਨਲਾਈਨ ਮੇਰੇ ਕੋਲ ਔਨਲਾਈਨ ਔਨਲਾਈਨ ਦੱਸ ਦਿਓ ਤੁਸੀਂ, ਹਾਂਜੀ ਇਹ ਕਿੱਥੇ ਪੈਸੇ ਪਾਣ ਲੋਕ? ਹਾਂਜੀ, ਪਹਿਲੇ ਮੇਰੀ ਅਪੀਲ ਹੈ, ਮੈਂ ਲੋਕ ਸਭਾ ਪਟਿਆਲਾ ਤੋਂ ਸਾਰੀ ਜਨਤਾ ਨੂੰ ਅਪੀਲ ਕਰਦਾ ਕਿ ਤੁਸੀਂ ਸਾਰੀਆਂ ਪਾਰਟੀਆਂ ਨਾਲ ਜੁੜੇ ਹੋਏ ਹੋ, ਕੋਈ ਨਾ ਕੋਈ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ, ਜੁੜੋ। ਮੈਂ ਇਹ ਨਹੀਂ ਕਹਿੰਦਾ ਤੁਸੀਂ ਆਪਣੀ ਪਾਰਟੀ ਛੱਡੋ, ਪਰ 1 ਜੂਨ ਨੂੰ ਵੋਟਾਂ ਵਾਲੇ ਦਿਨ ਆਪਣੀ ਵੋਟ ਪਾਉਣ ਤੋਂ ਪਹਿਲਾਂ ਨਾ ਆਪਣੇ ਸੱਚੇ ਮਨ ਨਾਲ ਇੱਕ ਵਾਰ ਜ਼ਰੂਰ ਸੋਚਣਾ ਕਿ ਮੈਂ ਜਿਸ ਨੂੰ ਵੋਟ ਪਾ ਰਿਹਾ, ਚਾਹੇ ਮੈਂ ਉਸ ਪਾਰਟੀ ਨਾਲ ਜੁੜਿਆ ਚਾਹੇ ਨਹੀਂ ਜੁੜਿਆ, ਮੈਂ ਜਿਸ ਨੂੰ ਵੋਟ ਪਾ ਰਿਹਾ ਕਿ ਮੈਂ ਸਹੀ ਪਾ ਰਿਹਾ, ਕਿ ਇਹ ਉਮੀਦਵਾਰ ਮੇਰੇ ਲਈ ਖਰਾ ਉਤਰੇਗਾ। ਬਸ ਮੇਰੀ ਇਹੀ ਅਪੀਲ ਹੈ ਕਿ ਇੱਕ ਵਾਰ ਸੱਚੇ ਮਨ ਨਾਲ ਤੁਸੀਂ ਜ਼ਰੂਰ ਸੋਚਣਾ, ਤਾਂ ਫਿਰ ਚਾਹੇ ਤੁਸੀਂ ਜਿਹਨੂੰ ਮਰਜ਼ੀ ਵੋਟ ਪਾਉਣਾ। ਬਾਕੀ ਮੈਂ ਤਾਂ ਇੱਥੋਂ ਤੱਕ ਹੀ ਕਹਿ ਸਕਦਾ ਕਿ ਬਸ ਆਪਣੀ ਜਿਹੜੀ ਵੋਟ ਹੈ ਸੋਚ ਸਮਝ ਕੇ ਪਾਇਓ। ਜੇ ਤੁਸੀਂ ਮੈਨੂੰ ਆਸ਼ੀਰਵਾਦ ਦਿਓਗੇ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਤੁਹਾਡੀਆਂ ਹਰ ਮੰਗਾਂ 'ਤੇ, ਤੁਹਾਡੇ ਹਰ ਗਰੀਬ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਬਰ ਤਿਆਰ ਰਹੂੰਗਾ। ਸੋ ਤੁਸੀਂ ਬਣੇ ਹੋਏ ਸੀਗੇ ਦ ਸੰਦੀਪ ਚੌਧਰੀ ਸ਼ੋਅ ਦੇ ਵਿੱਚ, ਅਤੇ ਆ ਗਿਆ ਨੰਨਾ ਛਾ ਗਿਆ, ਨੰਨਾ ਵਾਕਈ ਨੰਨਾ ਛਾ ਗਿਆ। ਬਸ ਇੱਕ ਤੁਹਾਡੀ ਵੋਟ ਦੀ ਲੋੜ ਹੈ, ਅਤੇ ਨੰਨਾ ਤੁਹਾਨੂੰ ਅਪੀਲ ਵੀ ਕਰ ਰਿਹਾ ਸੀ ਵੋਟ ਵਾਸਤੇ, ਅਤੇ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਅਤੇ ਕੋਸ਼ਿਸ਼ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਨੀਟੂ ਸ਼ਟਰਾਂ ਵਾਲੇ ਜਿਹੜੇ ਰਾਜਪੁਰੇ ਆ ਰਹੇ ਆ, ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸ਼ੋਅ ਦੇ ਵਿੱਚ ਲਿਆਉਣ ਦੀ। ਅਤੇ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦਿਓ ਇਜਾਜ਼ਤ, ਅਤੇ ਆਪਾਂ ਅਗਲੇ ਮਹਿਮਾਨ ਨਾਲ ਮਿਲਾਂਗੇ ਦਾ ਸੰਦੀਪ ਚੌਧਰੀ ਸ਼ੋਅ ਦੇ ਵਿੱਚ। ਧੰਨਵਾਦ ਜੀ।